ਆ ਗਏ ਤੁਸੀਂ, ਕੀ ਹਾਲ ਨੇ ਤੇਰੇ? ਹਾਲ ਤਾਂ ਮੇਰੇ ਠੀਕ ਨੇ, ਤੁਹਾਨੂੰ ਕਿਸੇ ਨੇ ਦੇਖਿਆ ਤਾਂ ਨਹੀਂ ਆਉਂਦੇ ਹੋਏ? ਯਾਰ ਆਏ ਕਿਵੇਂ ਕੋਈ ਦੇਖ? ਕੀ ਮੈਂ ਚੁੱਪ ਕਰਕੇ ਪਿੰਡ ਵਾਲੇ ਤੋਂ ਮਾਫੀ ਮੰਗ ਲੈ? ਨਹੀਂ ਮੈਥੋਂ ਬੁਰਾ ਕੋਈ ਨਹੀਂ, ਮੇਰੀ ਗੱਲ ਸੁਣ। ਓਏ ਅੱਧੇ ਪਿੰਡ ਨੂੰ ਪੈਸੇ ਖਵਾਰ ਖੇ ਨੇ ਇਸੇ ਗੱਲ ਪਿੱਛੇ ਵੀ ਸਰਪੰਚੀ ਲੈਣੀ ਹੈ। ਮੇਰੇ ਕਿਹਨੇ ਕੀ ਹੁਣ ਬੇਟਰ ਬੇਟਰ ਝੱਕੀ ਇੰਨੀਆਂ ਕੰਮ ਕਾਰ ਕਰ ਲਾ ਉਹਦਾ, ਚਾਹ ਤਾਂ ਲਾ ਸਰਪੰਚ ਆਉਂਦਾ ਹੋਊਗਾ। ਮੈਥੋਂ ਨਹੀਂ ਹੁੰਦੇ ਕੰਮ ਕੁੰਮ ਤੇਰੇ, ਆਪ ਹੀ ਕਰ ਲੈ ਜਿਹੜੀ ਚਾਹਾਂ ਕਰਦੀਆਂ ਨੇ। ਮੈਨੂੰ ਇੱਕ ਜਵਾਬ ਦੇ ਦੇ ਬਸ, ਤੂੰ ਦਾਰੂ ਛੱਡਣੀ ਨਹੀਂ ਛੱਡਣੀ? ਤੈਨੂੰ ਮੇਰੀ ਦਾਰੂ ਤੋਂ ਦਿੱਕਤ ਕੀ ਆ? ਤੈਨੂੰ ਘਰੇ ਰਾਸ਼ਨ ਪਾਣੀ ਆਈ ਜਾਂਦਾ ਉਹ ਦੱਸ ਨਾ, ਜੇ ਨਹੀਂ ਆਉਂਦਾ ਤਾਂ ਤੂੰ ਬੋਲ। ਕੱਲੀ ਰਾਸ਼ਨ ਪਾਣੀ ਵਾਲੀ ਗੱਲ ਨਹੀਂ ਹੈਗੀ, ਹੋਰ ਵੀ ਜ਼ਿੰਮੇਵਾਰੀਆਂ ਬਣਦੀਆਂ ਨੇ, ਉਹ ਤਾਂ ਤੈਨੂੰ ਭਾਈਆਂ ਨਹੀਂ ਜਾਂਦੀਆਂ। ਕੀ ਜ਼ਿੰਮੇਵਾਰੀਆਂ ਬਣਦੀਆਂ ਨੇ? ਜ਼ਿੰਮੇਵਾਰੀਆਂ ਹੋਰ ਵੀ ਬਥੇਰੀਆਂ ਗੱਲਾਂ ਹੁੰਦੀਆਂ ਨੇ ਨਾ, ਜੇ ਤੂੰ ਟਾਈਮ ਸਿਰ ਘਰੇ ਆਵੇ ਤਾਂ ਤੇਰੇ ਨਾਲ ਗੱਲ ਕਰਾਂ, ਤੂੰ ਤਾਂ ਬੇਸੁੱਧ ਹੋਇਆ ਆਂਦਾ। ਮੈਂ ਕੀ ਰੋਜ਼ ਰੱਜ ਕੇ ਆਉਣਾ, ਪਰਸੋਂ ਮੈਂ ਪੀਤੀ ਨਹੀਂ ਸੀ, ਬੜਾ ਤੂੰ ਗਾਹਾਂ ਦੀ ਨਾਨ ਲਾ ਕੇ ਦਿੱਤੇ ਸੀ। ਆਹੋ ਲਾ ਕੇ ਵੀ ਰੱਖਦੀ ਆ, ਤੂੰ ਖਾਣਾ ਕਿਹੜਾ ਹੈਗਾ ਟਾਈਮ ਨਾਲ, ਆ ਬਣੀਆਂ ਬਣਾਈਆਂ ਰਹਿ ਜਾਂਦੀਆਂ ਨੇ ਸਾਰੀਆਂ। ਮੇਰੀ ਗੱਲ ਸੁਣ ਲਾ, ਆ ਮੇਥੋਂ ਨਹੀਂ ਕੱਟਿਆ ਜਾਂਦਾ ਤੇਰੇ ਨਾਲ, ਮੈਂ ਤੇ ਚੱਲੀ ਆਪਦੇ ਪੇਕੇ, ਮੈਂ ਨਹੀਂ ਰਹਿਣਾ ਤੇਰੇ ਨਾਲ। ਸਰਪੰਚ ਸਾਹਿਬ, ਸਤਿ ਸ਼੍ਰੀ ਅਕਾਲ। ਸਰਪੰਚ ਸਾਹਿਬ, ਸਤਿ ਸ਼੍ਰੀ ਅਕਾਲ, ਕੀ ਰੌਲਾ ਜਿਹਾ ਪਾ ਰੱਖਿਆ? ਸਤਿ ਸ਼੍ਰੀ ਅਕਾਲ ਜੀ। ਬੈਠੇ ਕੀ ਗੱਲ ਆ, ਬਾਲਾ ਗਵਾਂਢੀ ਜੇ ਤਾਂ ਇਕੱਠੇ ਕਰ ਰੱਖੇ ਨੇ? ਬਸ ਉਹੀ ਗੱਲ ਬਈ, ਤੀਜੇ ਦਿਨ ਕਹਿ ਦੂਗੀ ਝੋਲਾ ਚੱਕ ਕੇ, ਮੈਂ ਤਾਂ ਜਾਂਦੀ ਆ ਘਰੇ। ਕੀ ਗੱਲ ਭਾਈ ਕੁੜੀਏ, ਤੂੰ ਇਦਾਂ ਦੀਆਂ ਗੱਲਾਂ ਕਿਉਂ ਕਰਦੀਆਂ ਜਾਣ ਵਾਲੀਆਂ? ਵੀਰ ਜੀ ਇਹਨੂੰ ਵੀ ਪੁੱਛੋ, ਪੀਂਦਾ ਕਿਉਂ ਇੰਨੀ? ਕੀ ਗੱਲ ਓਏ, ਦਾਰੂ ਕਿਉਂ ਪੀਣਾ ਚਾਹਦੇ ਤੂੰ? ਬਾਈ ਰੋਜ਼ ਨਹੀਂ ਪੀਂਦਾ ਮੈਂ, ਆ ਕਦੇ ਹੁੰਦਾ ਵਿਆਹ ਸ਼ਾਦੀ 'ਚ ਪੀ ਲਈਦੀ ਆ। ਹੁਣ ਭਾਈ ਇਹ ਕਦੇ ਕਦਾਈ ਪੀਂਦਾ, ਫਿਰ ਕੀ ਹੋ ਗਿਆ ਤੈਨੂੰ? ਕੋਈ ਕਦੇ ਕਦਾਈ ਨਹੀਂ ਪੀਂਦਾ, ਰੋਜ਼ ਹੀ ਪੀਂਦਾ, ਤੇ ਆਪਦੇ ਦੋਸਤਾਂ ਨੂੰ ਲੈ ਕੇ ਨਾ ਸ਼ਰਾਬੀਆਂ ਨੂੰ ਘਰੇ ਵੜਿਆਉਂਦਾ, ਚੰਗੇ ਲੱਗਦੇ ਨੇ ਇਹ ਗੱਲਾਂ। ਗੱਲ ਸੁਣ ਲਓ ਓਏ, ਤੇਰਾ ਸੋਹਣਾ ਘਰ ਵਸ ਗਿਆ, ਐਵੇਂ ਨਾ ਆਪਦਾ ਘਰ ਪੱਟ ਲਈ, ਆ ਦਾਰੂ ਦੂਰੂ ਜੀ ਛੱਡਦੇ ਨਾਲੇ ਆਪਦੇ ਯਾਰਾਂ ਦੋਸਤਾਂ ਦਾ ਖਹਿੜਾ। ਜੇ ਅੱਜ ਤੋਂ ਬਾਅਦ ਤਾਂ ਦਾਰੂ ਪੀ ਲਈ ਨਾ, ਮੈਥੋਂ ਬੁਰਾ ਕੋਈ ਨਹੀਂ, ਸਿਆਣਾ ਬਣ ਜਾ ਤੂੰ, ਆਪਦੇ ਜਵਾਕਾਂ ਬਾਰੇ ਸੋਚ ਲੈ ਮਾੜਾ ਜਿਹਾ, ਛੋਟੇ ਛੋਟੇ ਜਵਾਕ ਨੇ ਤੇਰੇ ਰੁੜ ਜਾਣਗੇ, ਤੇਥੋਂ ਪਾਲੇ ਵੀ ਨਹੀਂ ਜਾਣੇ ਇਹ। ਜਿਹਨੂੰ ਇੰਨੀ ਫਿਕਰ ਹੋਵੇ ਤਾਂ ਝੁਲਸੇ ਕਾਹਨੂੰ? ਬੋਲਣ ਦਾ ਤਰੀਕਾ ਤਾਂ ਦੇਖ ਲਓ ਜੀ, ਆਏ ਗਿਆ ਨਹੀਂ ਦੇਖਦੀ ਬਸ ਤਾਂ ਨਹੀਂ ਲੱਗ ਜੂਗੀ ਬਿਟਰ ਬਿਟਰ ਬੋਲਣ। ਚੱਲ ਭਾਈ ਤੂੰ ਵੀ ਸਿਆਣੀ ਬਣ ਜਾ, ਕੋਈ ਆਇਆ ਗਿਆ ਹੁੰਦਾ ਨਾ ਉਹ ਤੂੰ ਮਾੜਾ ਢੰਗ ਨਾਲ ਬੋਲ ਪਏ, ਨਾਲੇ ਜਾਣ ਜੂਣ ਵਾਲੀ ਗੱਲ ਨਹੀਂ ਕਰਨੀ, ਤੇਰੇ ਮਾਂ ਬਾਪ ਨੇ ਤੈਨੂੰ ਦੁਬਾਰੇ ਬੁਲਾਉਣ ਵਾਸਤੇ ਨਹੀਂ ਪਿਆ, ਆਪਦਾ ਘਰ ਵਸਾ ਲੈ ਇੱਥੇ, ਠੀਕ ਹੈ? ਜੇ ਜ਼ਿਆਦਾ ਤੰਗ ਕਰਦਾ ਸਾਹਮਣੇ ਮੇਰਾ ਘਰ ਹੈ, ਜਦੋਂ ਮਰਜ਼ੀ ਆਵਾਜ਼ ਮਾਰ ਲੈ, ਮਾਪੀ ਘੜੂ ਸਾਲੇ ਨੂੰ। ਠੀਕ ਹੈ ਸਰਪੰਚ ਸਾਹਿਬ, ਬਸ ਤੁਸੀਂ ਇਹਨੂੰ ਸਮਝਾ ਲਓ ਕੋਈ ਦਾਰੂ ਵਾਲਾ ਬੰਦਾ ਨਾ ਘਰੇ ਨਹੀਂ ਵੜਨਾ ਚਾਹੀਦਾ। ਠੀਕ ਹੈ ਓਏ, ਕੋਈ ਦਾਰੂ ਵਾਲਾ ਤੇਰਾ ਯਾਰ ਮਿੱਤਰ ਹੈ ਉਹਨੂੰ ਬਾਹਰ ਹੀ ਮਿਲਣਾ, ਘਰੇ ਨਹੀਂ ਲਿਆਉਣਾ, ਨਾਲੇ ਅੱਜ ਕੱਲ੍ਹ ਕੋਈ ਇੱਜ਼ਤਾਂ ਦੇ ਸਾਂਝੇ ਨਹੀਂ ਹੁੰਦੇ, ਤੇਰੇ ਨਾਲ ਪੀ ਕੇ ਤੇ ਤੇਰੇ ਘਰ ਕਣੀ ਮਾੜਾ ਦੇਖਣਗੇ, ਸਿਆਣਾ ਬਣ ਜਾ। ਸਮਝਦਾ ਸਰਪੰਚ ਸਾਹਿਬ, ਬਸ ਇਹਨੂੰ ਕਹਦੇ ਬੋਲਣ ਦੀ ਲਿਆਕਤ ਸਿੱਖ ਲਾ ਮਾੜੀ ਜੀ। ਤੂੰ ਵੀ ਭਾਈ ਮਾੜਾ ਢੰਗ ਨਾਲ ਬੋਲਿਆ ਕਰ, ਆਖਰ ਨੂੰ ਤੇਰੇ ਘਰ ਵਾਲਾ ਹੈਗਾ, ਇਹਦੇ ਨਾਲ ਹੀ ਸਾਰੀ ਉਮਰ ਕੱਟਣੀ ਆ ਤੇ। ਚੱਲ ਕੋਈ ਨਹੀਂ, ਹੁਣ ਨਾ ਲੜਿਓ, ਸਿਆਣੇ ਬਣ ਕੇ ਰਹੋ ਦੋ ਜਾਣੇ, ਕਰ ਲਾ ਭਾਈ ਕੰਮ ਧੰਦਾ ਕੁੜੀਏ। ਖੁਸ਼ ਹੈ ਹੁਣ ਤਾਂ? ਮਾਮਾ ਧੀਆਂ ਨਾ ਇੰਨੀਆਂ ਆਕੜ ਖੋਰੀਆਂ ਨੇ। ਸਰਪੰਚ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਮੈਂ ਤੁਹਾਡੇ ਘਰ ਆ ਰਿਹਾ ਸੀ ਜੀ। ਕਿਵੇਂ, ਕੀ ਗੱਲ ਹੋ ਗਈ? ਕਿਵੇਂ? ਉਹ ਬਾਈ ਮਾੜਾ ਜਿਹਾ ਕੰਮ ਵਾਲੇ ਨੇ ਫੋਨ ਕਰਦੇ ਜੀ, ਉਹਨੇ ਮੈਨੂੰ ਕੰਮ ਤੋਂ ਕਰਤਾ ਜੀ। ਕਿਉਂ, ਕਾਹ ਤੋਂ ਹਟਾ ਤਾ ਉਹਨੇ ਕੰਮ ਤੋਂ? ਮੰਮੀ ਬਿਮਾਰ ਸੀ ਜੀ, ਮੈਂ ਆਖਿਆ ਚਲ ਪੈਸੇ ਮੰਗੇ ਉਹਨਾਂ ਤੋਂ, ਉਹ ਕਹਿੰਦਾ ਜੀ ਤੂੰ ਕੰਮ ਤੋਂ ਹਟ ਜਾ, ਅਤੇ ਮੈਨੂੰ ਤਾਂ ਉਹੀ ਟੈਨਸ਼ਨ ਹੋਈ ਪਈ ਆ, ਮੈਂ ਚੱਲ ਸਰਪੰਚ ਸਾਹਿਬ ਨਾਲ ਗੱਲ ਕਰਦਾ ਜਾ ਕੇ। ਚੱਲ ਕੋਈ ਗੱਲ ਨਹੀਂ, ਤੂੰ ਸੋਚ ਨਾ ਕਰ, ਤੇਰੀ ਮੰਮੀ ਨੂੰ ਲੈ ਕੇ ਜਾ, ਆਹ ਲੈ ਕੁਛ ਪੈਸੇ ਫੜ, ਪਹਿਲਾਂ ਤਾਂ ਤੂੰ ਉਹਦੀ ਮਾਂ ਦਾ ਇਲਾਜ ਕਰਾ, ਠੀਕ ਹੈ? ਬਾਕੀ ਉੱਥੇ ਵਾਲਾ ਸਰਕਾਰੀ ਡਾਕਟਰ ਹੈ ਜਿਹੜਾ ਆਪਣਾ ਵਧੀਆ ਜਾਣ ਪਛਾਣ ਵਾਲਾ, ਉਹਦੇ ਨਾਲ ਮੇਰੀ ਗੱਲ ਕਰਾ ਦੀ, ਕੰਮ ਵਾਲਿਆਂ ਨੂੰ ਮੈਂ ਆਪ ਹੀ ਫੋਨ ਕਰ ਦੂੰਗਾ, ਠੀਕ ਹੈ? ਠੀਕ ਹੈ, ਧੰਨਵਾਦ ਧੰਨਵਾਦ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਸ਼ੁਕਰ ਹੈ ਪਰਮਾਤਮਾ ਦਾ, ਇਹ ਸਰਪੰਚ ਦਾ ਪਿੰਡ ਪਿੰਡ ਹੋਣਾ ਚਾਹੀਦਾ। ਹੋਰ ਭਾਬੀ ਬਣਾਈ ਨਹੀਂ ਰੋਟੀ ਰਾਟੀ ਅਜੇ? ਲੈ ਰੋਟੀ ਤਾਂ ਮੈਂ 8 ਵਜੇ ਦੀ ਬਣਾ ਰੱਖੀ ਹੈਗੀ, ਤੂੰ ਤਾਂ ਆਈ ਨਹੀਂ ਹੈਗਾ ਰੋਟੀ ਰੁਟੀ ਖਾਣ, ਆ ਤਾਂ ਮੈਂ ਆਥਣ ਵਾਸਤੇ ਛੋਲੂਆ ਕੱਢ ਕੇ ਧਰਦੀ ਹਾਂ, ਹੁਣ ਤਾਂ ਇਹ ਦੇਖ ਟਾਈਮ 12 ਵੱਜ ਰਹੇ ਨੇਗੇ। ਉਹ ਤਾਂ ਠੀਕ ਹੈ ਭਾਬੀ, ਪਹਿਲਾਂ ਤਾਂ ਮੈਂ ਤੜਕੇ ਜੱਗਰਕਿਆਂ ਨਾਲ ਵਗ ਗਿਆ,
ਉੱਥੇ ਥਾਣੇ ਲੱਗ ਗਿਆ ਘੰਟਾ ਡੇਢ ਘੰਟਾ। ਫਿਰ ਵਧੀਆ ਮੈਂ ਟਾਈਮ ਨਾਲ ਮੁੜਤਾ ਆਇਆ ਸੀ ਉੱਧਰੋਂ, ਆਉਂਦੇ ਆਉਂਦੇ ਆਪਣੇ ਸੰਗਤ ਨੇ ਰੌਲਾ ਪਾ ਰਿਹਾ ਸੀਗਾ, ਸੋਹਣਾ ਵਿਆਹ ਹੋ ਗਿਆ ਸੀਗਾ, ਆਪਦੀ ਜਨਾਨੀ ਨੂੰ ਕੁੱਟੀ ਮਾਰੀ ਜਾਂਦਾ, ਦਾਰੂ ਦੂਰੂ ਜੀ ਪੀਂਦਾ, ਘੰਟਾ ਦੋ ਘੰਟੇ ਉਹਨਾਂ ਨੇ ਲਵਾਤੇ। ਹੁਣ ਸਮਝਾ ਕੇ ਜੇ ਆਇਆ, ਜੇ ਕਦੇ ਤੇਰੇ ਕੋਲ ਵੀ ਆਉਂਦੀ ਉਹਦੇ ਘਰ ਵਾਲੀ ਨਾ, ਉਹਨੂੰ ਮਾੜਾ ਜਿਹਾ ਦੇ ਦੀ ਸਹਾਰਾ, ਕਹਿੰਦੀ ਕੋਈ ਗੱਲ ਨਹੀਂ। ਚੱਲ ਕੋਈ ਨਾ, ਉਹ ਤਾਂ ਮੈਂ ਸਮਝਾ ਦੂੰਗੀ, ਤੂੰ ਵੀ ਭਾਈ ਆਪਦੀ ਸਿਹਤ ਦਾ ਧਿਆਨ ਰੱਖ ਲਿਆ ਕਰ, ਟਾਈਮ ਸਿਰ ਰੋਟੀ ਪਾਣੀ ਨਹੀਂ ਖਾਂਦਾ ਫਿਰ ਬਿਮਾਰ ਹੋ ਜਾਏਗਾ। ਚੱਲ ਕੋਈ ਨਹੀਂ, ਜੇ ਬਣੀ ਪਈ ਆ ਖਾ ਲੈਂਦੇ। ਪਰ ਬਾਈ ਕਿੱਥੇ ਹੈਗਾ? ਬਾਈ ਤੇਰਾ ਖੇਤ ਗਿਆ ਹੈਗਾ, ਨਾਲੇ ਉਹ ਤੇਰੇ ਚਿੱਟੇ ਕੱਪੜੇ ਥੋੜ੍ਹੇ ਮੈਲੀ ਹੋਣ ਦਿੰਦਾ। ਇਹ ਤਾਂ ਹੈ ਭਾਬੀ, ਜਿਉਂਦਾ ਰਹੇ ਉਹਦੇ ਸਿਰ 'ਤੇ ਪਾ ਰਿਹਾ ਇਹ ਚਿੱਟੇ ਕੁੜਤੇ ਪਜਾਮੇ। ਚੱਲ ਫਿਰ ਐਂ ਕਰ, ਰੋਟੀ ਤਾਂ ਬਣੀ ਪਈ ਹੈ ਸਾਡੀ ਦੋਨਾਂ ਦੀ, ਬਣਦੇ ਖੇਤ ਜਾ ਕੇ ਖਾ ਲਾਂਗੇ, ਨਾਲੇ ਰੋਜ਼ ਰੋਜ਼ ਸਾਨੂੰ ਟਾਈਮ ਨਹੀਂ ਲੱਗਦਾ ਦੋਵੇਂ ਭਾਈਆਂ ਨੂੰ ਇਕੱਠੇ ਖਾਣ ਦਾ। ਉਹ ਵਿਚਾਰਾ ਖੇਤ ਫਿਰੀ ਜਾਂਦਾ, ਮੈਂ ਪਿੰਡ 'ਚ ਫਿਰੀ ਜਾਂਦਾ। ਐਂ ਕਰ, ਬੰਨਦੇ ਕਰਾਂ ਰੋਟੀ ਫਿਰ। ਚੱਲ ਰੋਟੀ ਤਾਂ ਮੈਂ ਬੰਨ ਦਿੰਦੀ ਹਾਂਗੀ, ਨਾਲੇ ਮੇਰੀ ਗੱਲ ਸੁਣ। ਹਾਂ, ਉੱਥੇ ਹੀ ਨਾ ਬੈਠੇ ਰਹੋ ਕਿਤੇ ਦੋਵੇਂ ਭਾਈ, ਆਪਣੇ ਜੂਬੀ ਨੇ ਆਉਣਾ ਹੈਗਾ, ਟਾਈਮ ਨਾਲ ਆ ਜਿਓ ਘਰੇ। ਲੈ ਜੂਬੀ ਆ ਰਿਹਾ ਅੱਜ, ਫਿਰ ਤਾਂ ਅਸੀਂ ਦੋਵੇਂ ਭਾਈ ਟਾਈਮ ਨਾਲ ਆ ਜਾਵਾਂਗੇ। ਮੈਨੂੰ ਇੱਕ ਤਾਂ ਫੋਨ ਹੀ ਨਹੀਂ ਕਰਿਆ ਉਹਨੇ। ਫੋਨ ਤਾਂ ਉਹਨੇ ਮੈਨੂੰ ਕਰਤਾ ਸੀ, ਕਹਿੰਦਾ ਮੰਮੀ ਆਊਂਗਾ ਮੈਂ, ਛੁੱਟੀਆਂ ਛੱਕੀਆਂ ਹੋਈਆਂ ਹੋਣਗੀਆਂ। ਚੱਲ ਠੀਕ ਹੈ ਫਿਰ, ਬੰਨਦੇ ਭਾਬੀ ਛੇਤੀ ਰੋਟੀ। ਬੰਨਦੀਆਂ। ਓਏ ਉਹ ਛੇਤੀ ਆ ਜਾ ਕਰ ਤੂੰ। ਓਏ ਬਾਈ ਮੈਨੂੰ ਬੋਲਦਾ ਰਹਿੰਦਾ, ਅਖੇ ਤੂੰ ਜਾ ਕੇ ਕਰਵਾ ਉਹਦੇ ਨਾਲ। ਉਹ ਬਸ ਬਾਈ ਹੋ ਗਿਆ ਏ, ਤੁਸੀਂ ਟੈਨਸ਼ਨ ਨਾ ਲਓ ਕਿਸੇ ਗੱਲ ਦੀ, ਸਾਰਾ ਕੰਮ ਕਰਤਾ ਹੈ। ਹੋ ਗਿਆ ਯਾਰ, ਕਿਸੇ ਹੋਰ ਦਾ ਗੁੱਸਾ ਹੋਰ ਤੇ ਲਾਈ ਜਾਂਦੇ ਹੁੰਦੇ ਆ। ਉਹ ਗੱਲ ਸੁਣ, ਆਉਣ ਸਾਰ ਕੰਮ ਨੂੰ ਲੱਗ ਗਿਆ ਬੋਲਣਾ, ਫਿਰ ਕੀ ਹੋ ਗਿਆ, ਛੁੱਟੀ ਵਾਲੇ ਦਿਨ ਕੰਮ ਕਰ ਦੇਣਾ, ਨਾਲੇ ਪਿੰਡ ਦੀ ਕੋਈ ਖਬਰਸਾਰ ਹੈ? ਸੋਚਦੇ ਹਾਂ ਵੀ ਸਰਪੰਚ ਹੀ ਲਵਾਂਗੇ, ਪਰ ਕੰਮ ਵੀ ਉਹੋ ਜਿਹੇ ਕਰੋ। ਉਹਨਾਂ ਦਾ ਦੇਖ ਲੈ ਦੋਵੇਂ ਭਾਈਆਂ ਦਾ ਕਿੰਨਾ ਸੁੱਥਾ ਹੈ, ਕਿੰਨਾ ਕੰਮ ਅੱਗੇ ਵਧਾਈਆਂ ਨੇ। ਆਪਣੇ ਕਿਸੇ ਚੀਜ਼ ਦੀ ਕਮੀ ਨਹੀਂ, ਕਿੱਡੀ ਵੱਡੀ ਕੋਠੀ ਹੈ, ਕਿੱਡੇ ਤਕੜੇ ਸਰਦਾਰ ਹਾਂ, ਪਰ ਸਰਪੰਚੀ ਵਾਲਾ ਸੁਪਨਾ ਹੀ ਬਣਿਆ ਪਿਆ। ਉਹ ਬਾਈ ਸੋਥਾ ਤਾਂ ਆਪਣਾ ਵੀ ਹੈ, ਹਾਲਾਂ ਮੈਂ ਕਿਹੜਾ ਕਦੇ ਤੁਹਾਡੇ ਮੂਹਰੇ ਬੋਲਿਆ? ਕਦੇ ਮੂਹਰੇ ਤਾਂ ਨਹੀਂ ਬੋਲਿਆ ਰਵੀ, ਮੈਂ ਤੈਨੂੰ ਐਂ ਕਹਿਣਾ, ਕੋਈ ਇਹੋ ਜਿਹਾ ਜਾਲ ਪਾਉਣ ਯਾਰ, ਸਾਰਾ ਦਿਨ ਬਾਹਰ ਅੰਦਰ ਤੁਰਿਆ ਫਿਰਦਾ, ਕੋਈ ਮੁੰਡੇ ਮੁੰਡੇ ਨੂੰ ਗੱਠ ਵੀ ਜਿਹੜਾ ਆਪਣੇ ਹੱਥ 'ਚ ਆ ਜਾਵੇ ਸਰਪੰਚੀ। ਉਹ ਬਾਈ ਆ ਜਿੰਨੇ ਮਰਜ਼ੀ ਜਾਲ ਬੋਲੋ, ਉਹ ਗੁੱਬਿਆਂ ਦੇ ਜਿਹੜੇ ਚਾਰੇ ਪਾਸੇ ਚਰਚੇ ਆ, ਆ ਸੰਗਤ ਵਾਲੀ ਗੱਲ ਸੁਣੀ ਆ? ਕੀ ਹੋਇਆ? ਆ ਸੰਗਤ ਦੀ ਜਨਾਨੀ ਉਹਦੇ ਰੁਕਦੀ ਨਹੀਂ ਸੀ, ਕਹਿੰਦੀ ਮੈਂ ਪਿੰਡ ਜਾਣਾ ਪਿੰਡ ਜਾਣਾ, ਘਰੇ ਗਿਆ ਪਤਾ ਨਹੀਂ ਕੀ ਮਿੱਠੀ ਗੋਲੀ ਦਿੱਤੀ ਆ, ਉੱਥੇ ਰੁਕ ਗਈ। ਬਸ ਹੁਣ ਦੋਵੇਂ ਖੁਸ਼ ਆ, ਉਹ ਪਿੰਡ ਦੇ ਵਿੱਚ ਪੂਰੇ ਚਰਚੇ ਆ, ਮੈਨੂੰ ਤਾਂ ਲੱਗਦਾ ਬਾਈ ਇੱਕ ਵਾਰ ਫੇਰ ਬਾਜੀ ਮਾਰੂਗਾ ਉਹ। ਓਏ ਚੁੱਪ ਕਰ ਜਾ, ਉਹ ਚੁੱਪ ਕਰ ਜਾ, ਜੇ ਮੂੰਹ ਨਹੀਂ ਚੱਜਦਾ ਗੱਲ ਚੱਜ ਦੀ ਕਰ ਲਿਆ ਕਰ, ਇੱਕ ਵਾਰ ਫੇਰ ਬਾਜੀ ਮਾਰੂਗਾ। ਚੱਲ ਕੋਈ ਗੱਲ ਨਹੀਂ ਬਾਈ, ਇਹ ਤੇ ਕੀ ਗੁੱਸਾ ਲਾਉਣਾ? ਸੁਣਦੇ ਹੋ ਜੀ, ਹਾਂ ਆ ਤੁਸੀਂ ਇੱਧਰ ਆ ਕੇ ਖੜ ਗਏ, ਉੱਧਰ ਜੱਗਰ ਹੋਰੀ ਆਏ ਬੈਠੇ ਨੇ, ਕਚਹਿਰੀਆਂ ਨਹੀਂ ਸੀ ਜਾਣਾ ਤੁਸੀਂ? ਉਹ ਕਚਹਿਰੀ ਜਾਣਾ ਤੀ ਯਾਰ, ਕਚਹਿਰੀ ਜਾਣ ਜੋਗਰੇ ਕਿੱਥੇ ਛੱਡਿਆ, ਆ ਸਰਪੰਚ ਨੇ ਕੱਲ ਉਹਨਾਂ ਦਾ ਰੌਲਾ ਸੀਗਾ, ਮੈਨੂੰ ਇਹ ਤੀ ਮੈਂ ਜਾ ਕੇ ਨਿਬੇੜ ਦੂੰਗਾ। ਪਤਾ ਨਹੀਂ ਥਾਣੇਦਾਰ ਨਾਲ ਇਹੀ ਜੀ ਕੀ ਉਹਦੇ ਗੱਲਬਾਤ ਹੈ, ਆਪਦੇ ਹੱਥ 'ਚ ਹੀ ਕਰ ਗਿਆ ਸਾਰਾ ਕੰਮ। ਚੱਲ ਕੋਈ ਨਾ, ਤੁਸੀਂ ਨਾ ਠੰਡੇ ਦਿਮਾਗ ਨਾਲ ਸੋਚਿਆ ਕਰੋ ਕਿ ਰਹੋ ਘਰੇ ਬੈਠੇ ਨੇ, ਉਹਨਾਂ ਨਾਲ ਤਾਂ ਗੱਲ ਕਰ ਲਵਾ ਕੇ। ਓਏ ਅੱਧੇ ਪਿੰਡ ਨੂੰ ਪੈਸੇ ਖਵਾਰ ਖੇ ਨੇ ਇਸੇ ਗੱਲ ਪਿੱਛੇ ਵੀ ਸਰਪੰਚੀ ਲੈਣੀ ਹੈ। ਕੋਈ ਨਾ, ਸਰਪੰਚ ਵੀ ਆਪਣੇ ਹੱਕ 'ਚ ਆਜੂ, ਆ ਜਾਓ ਤੁਸੀਂ, ਆ ਜਾ। ਓ ਯਾਰ ਗੋਬਿੰਦ, ਤੈਨੂੰ ਕੀ ਲੋੜ ਪਈ ਸੀ ਖਿੱਚਲਾ ਕਰਨ ਦੀ? ਉਹ ਮੈਂ ਘਰੇ ਆ ਜਾਂਦਾ, ਨਾਲ ਰੋਟੀ ਖਾ ਜਾਂਦਾ, ਨਾਲ ਡੰਗਰਾਂ ਨੂੰ ਕੱਖ ਅੰਡਾ ਪਾ ਜਾਂਦਾ ਯਾਰ। ਉਹ ਵੱਡੇ ਭਾਈ ਖਿੱਚਲਾ ਕਾਹਦੀ ਇਹਦੇ 'ਚ, ਤੇਰੇ ਬੰਨੇ ਨਾਲ ਮੈਂ ਖੇਤ ਗੇੜਾ ਮਾਰ ਗਿਆ, ਮੈਨੂੰ ਤਾਂ ਕਿੰਨੇ ਦਿਨ ਹੋ ਗਏ ਖੇਤ ਆ ਹੀ ਨਹੀਂ ਗਿਆ ਸੀਗਾ, ਫਸਲਬਾੜੀ ਵਧੀਆ ਹੋ ਰਹੀ ਹੈਗੀ, ਨਾਲੇ ਖੇਤ ਦੀ ਤਾਂ ਰੋਟੀ ਵਾਲੀ ਸਵਾਦ ਲੱਗਦੀ ਹੈ, ਸਵਾਦ ਆ ਗਿਆ ਸੋਹ ਲੱਗੇ। ਉਹੀ ਪਿੰਡ ਦੇ ਪੰਗੇ ਜਿਹੇ 'ਚ ਰਹਿਣਾ ਮੈਂ, ਖੇਤ ਵੀ ਨਹੀਂ ਆਇਆ ਜਾਂਦਾ ਮੈਂ ਤਾਂ, ਤੂੰ ਹੀ ਖਪੀ ਜਾਂਦਾ ਸਾਰਾ ਦਿਨ ਯਾਰ। ਉਹ ਚੱਲ ਕੋਈ ਨਾ, ਨਾਲੇ ਸੱਚ ਅੱਜ ਆਪਣੇ ਵਾਲੇ ਜੂਬੀ ਨੇ ਆਉਣਾ, ਉਹ ਭਰਜਾਈ ਕਹਿੰਦੀ ਸਵੇਰੇ ਆਪਾਂ ਚੱਲੀਏ, ਮੈਂ ਕਹਿੰਦਾ ਟਾਈਮ ਨਾਲ। ਕਿੰਨਾ ਕੁ ਰਹੇਗਾ ਕੰਮ ਤੇਰਾ? ਕੰਮ ਤਾਂ ਬਥੇਰਾ ਪਿਆ, ਉਹ ਦੋਨੇ ਮੋਟਰਾਂ ਚੱਲ ਰਹੀਆਂ ਨੇ ਅਜੇ, ਤੇ ਯੂਬੀ ਕਦੋਂ ਕਹਿਣ ਆਉਗਾ? ਅੱਜ ਕਹਿ ਰਹੀ ਸੀ ਭਰਜਾਈ ਵੀ ਆਉਣਾ ਉਹਨੇ, ਕਹਿ ਰਹੀ ਟਾਈਮ ਨਾਲ ਆ ਜਾਓ। ਚੱਲ ਮੇਰੀ ਗੱਲ ਸੁਣ, ਮੈਂ ਤਾਂ ਬਾਅਦ 'ਚ ਆ ਜਾਊਂਗਾ, ਤੂੰ ਨਾ ਯੂਬੀ ਨੂੰ ਸਮਝਾਈ ਉੱਥੇ ਕਾਲਜ 'ਚ, ਕਿਉਂਕਿ ਮੁੰਡਿਆਂ ਨਾਲ ਰਲ ਕੇ ਕੁਝ ਪੁੱਠੇ ਪੰਗਾ ਜਾਣਾ ਪੈ ਜੇ ਕਿਤੇ। ਉਹ ਵੱਡੇ ਭਾਈ ਕਿਉਂ ਫਿਕਰ ਕਰਦਾ, ਇੰਨਾ ਸਿਆਣਾ ਜਵਾਕ ਹੈ ਆਪਣਾ, ਉਹਦੀ ਨਾ ਟੈਨਸ਼ਨ ਲਿਆ ਕਰ, ਉਈ ਘਬਰਾਈ ਜਾਂਦਾ ਤੂੰ, ਉਹ ਤਾਂ ਇੰਨਾ ਸਿਆਣਾ ਪੁੱਤ ਹੈ, ਕਦੇ ਕਿਸੇ ਨਾਲ ਕੋਈ ਉੱਚੀ ਆਵਾਜ਼ 'ਚ ਨਹੀਂ ਗੱਲ ਕਰਦਾ ਉਹ। ਚੱਲ ਕੋਈ ਨਾ ਫਿਰ ਤੂੰ ਚੱਲ,
ਉਹਨੂੰ ਯੂਵੀ ਆਊਗਾ ਉਹਦੇ ਵਿੱਚ ਖਾਣ ਪੀਣ ਵਾਸਤੇ ਲਿਆਈ ਮੈਂ ਤਾਂ ਫਿਰ ਇਸ ਤੋਂ ਬਾਅਦ ਹੀ ਜਾਂਦਾ ਘਰੇ ਚੱਲ ਚੰਗਾ ਆ ਜੀ ਟਾਈਮ ਨਾਲ ਕਿਤੇ ਬੜਾ ਲੇਟ ਹੋ ਜੀ ਆਜੂ ਆਜੂ ਚੰਗਾ ਬਾਈ ਤੂੰ ਜਾ ਇੱਧਰ ਦੇਖਾਂ ਮੈਂ ਜਾ ਕੇ ਲੈ ਘਰੇ ਕੋਈ ਦਿੰਦੀ ਨਹੀਂ ਮੰਮੀ ਸਤਿ ਸ਼੍ਰੀ ਅਕਾਲ ਆ ਗਿਆ ਮੇਰੇ ਪੁੱਤ ਹੋਰ ਠੀਕ ਹੋ ਮੈਂ ਤਾਂ ਠੀਕ ਹਾਂ ਪੁੱਤ ਤੈਂ ਕਬੇਲਾ ਹੀ ਕਰਤਾ ਮੈਂ ਤਾਂ ਕਾਦੀ ਡਿੱਕੀ ਜਾਂਦੀ ਤੈਨੂੰ ਉਹ ਕਬੇਲਾ ਕਾਹਨੂੰ ਮੰਮੀ ਤੈਨੂੰ ਪਤਾ ਆ ਹੁਣ ਛੁੱਟੀਆਂ ਹੋਈਆਂ ਨੇ ਤਾਂ ਕਰਕੇ ਸਮਾਨ ਸਮੂਨਿਆਂ ਸਾਂਭਣ ਲੱਗ ਗਏ ਸੀਗੇ ਹੋਸਟਲ 'ਚ ਹੋਰ ਠੀਕ ਹਾਂ ਮੈਂ ਤਾਂ ਠੀਕ ਹਾਂ ਵਧੀਆ ਚੱਲ ਤੂੰ ਬੈਠ ਮੈਂ ਤੈਨੂੰ ਚਾਹ ਪਾਣੀ ਬਣਾ ਕੇ ਦਿੰਦੀ ਹਾਂਗੀ ਚਾਹ ਤਾਂ ਮੈਂ ਪੀ ਲੈਣਾ ਡੈਡੀ ਅਤੇ ਚਾਚਾ ਦਿੰਦੀ ਨਹੀਂ ਕਿੱਥੇ ਗਏ ਨੇ ਡੈਡੀ ਤੇਰਾ ਖੇਤ ਹੈ ਹੁਣ ਤੇਰਾ ਚਾਚਾ ਬਾਗਿਆ ਰੋਟੀ ਫੜਾਉਣ ਸਵੇਰ ਦੇ ਗਏ ਨੇ ਕਿਹਾ ਸੀ ਵੀ ਸੁਨੇਹਾ ਆ ਜਿਓ ਆਉਣ ਵਾਲੇ ਨੇਗੇ ਚੱਲ ਠੀਕ ਹੈ ਮੰਮੀ ਐਂ ਕਰਨਾ ਮੈਨੂੰ ਪਾਣੀ ਦਾ ਗਲਾਸ ਦੇ ਦੇ ਚਾਹ ਨਾ ਬਣਾਈ ਚੰਗਾ ਮੈਂ ਚਾਹ ਨਹੀਂ ਪੀਂਦਾ ਚੰਗਾ ਪੁੱਤ ਚੱਲ ਬੈਠ ਅੰਦਰ ਕੋਈ ਨਾ ਮੈਂ ਲਿਆਉਣੀ ਆ ਪਾਣੀ ਠੀਕ ਹੈ ਠੀਕ ਜੂਬੀ ਲੈ ਪੁੱਤ ਪਾਣੀ ਪੀ ਲਾ ਲੈ ਮਤਾ ਦੇਖ ਮੇਰੀ ਗੱਲ ਹੁਣ ਚਾਹ ਨੂੰ ਤਾਂ ਜਵਾਬ ਦੇ ਤਾ ਚੱਲ ਤਾਂ ਮੈਂ ਨਾ ਛੋਲੂਏ ਦੀ ਬਣਾਉਣੀ ਆ ਸਬਜ਼ੀ ਰੋਟੀ ਰੁੱਟੀ ਰੱਜ ਕੇ ਖਾ ਲਈ ਹੁਣ ਫਿਰ ਰੋਟੀ ਤਾਂ ਮਤਾ ਮੈਂ ਖਾਊਂਗਾ ਮੈਂ ਕਹਿੰਦਾ ਸੀ ਮਾੜਾ ਯਾਰਾਂ ਦੋਸਤਾਂ ਨੂੰ ਮਿਲਿਆ ਮੈਂ ਜਾ ਕੇ ਤੇਰਾ ਨਾ ਆਹੀ ਨਹੀਂ ਮੁੱਕਦਾ ਹੈਗਾ ਮਸਾਂ ਤਾਂ ਤੂੰ ਘਰੇ ਆਉਣਾ ਪਹਿਲਾਂ ਤਾਂ ਉੱਥੋਂ ਨਹੀਂ ਨਿਕਲਦਾ ਹੈਗਾ ਹੈ ਫਿਰ ਘਰੇ ਆ ਕੇ ਯਾਰ ਦੋਸਤ ਨਹੀਂ ਤੇਰੇ ਸਾਹਮਣੇ ਬਾਗ ਜੀ ਜ਼ਰੂਰ ਪਰ ਰੋਟੀ ਰੁੱਟੀ ਖਾ ਕੇ ਜਾਈ ਤੈਨੂੰ ਪਤਾ ਤਾਂ ਹੈਗਾ ਮਤਾ ਇੰਨੇ ਟਾਈਮ ਬਾਅਦ ਪਿੰਡ ਆਉਣਾ ਤਾਂ ਕਿਸੇ ਨੂੰ ਤਾਂ ਮਿਲੀ ਆਵਾਂ ਜਾ ਕੇ ਕੋਈ ਨਾ ਮਿਲਿਆ ਹੀ ਪੁੱਤ ਰੋਟੀ ਰੁੱਟੀ ਚਾਚਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆ ਗਿਆ ਪੁੱਤਰਾ ਹਾਂ ਹਾਂ ਆ ਗਿਆ ਹੋ ਠੀਕ ਹੋ ਵਧੀਆ ਵਧੀਆ ਨਾਲੇ ਕਹਿੰਦਾ ਜੀ 1 ਤਰੀਕ ਨੂੰ ਹੋਣਗੀਆਂ ਛੁੱਟੀਆਂ ਉਹ 1 ਤਰੀਕ ਨੂੰ ਕਾਹਨੂੰ ਚਾਚਾ ਉਹ ਲੇਟ ਵਾਲੀ ਗੱਲ ਤਾਂ ਚਾਚਾ ਤੈਨੂੰ ਮੈਂ ਦੱਸਦਾ ਐਤਕੀ ਕਾਲਜ ਦੇ ਵਿੱਚ ਪ੍ਰਧਾਨਗੀ ਆਪਾਂ ਹੀ ਲੈਣੀ ਆ ਸਾਰੇ ਕਾਲਜ ਵਾਲੇ ਕਹਿੰਦੇ ਵੀ ਤੇਰੇ ਪੋਸਟਰ ਲੱਗਣਗੇ ਬਸ ਉੱਧਰ ਉਲਝਿਆ ਹੋਇਆ ਸੀ ਤਾਂ ਕਰਕੇ ਥੋੜ੍ਹਾ ਲੇਟ ਹੋ ਗਿਆ ਉਹ ਬੱਲੇ ਓਏ ਸ਼ੇਰਾ ਗੁੜ ਸ਼ਾਬਾਸ਼ ਆ ਦੇਖ ਲੈ ਉਰੇ ਤੇਰਾ ਚਾਚਾ ਨਹੀਂ ਸਰਪੰਚ ਹੀ ਛੱਡਦਾ ਆਈ ਵਾਰ ਸਰਪੰਚ ਬਣ ਜਾਂਦਾ ਆਈ ਵਾਰ ਸਰਪੰਚ ਬਣ ਜਾਂਦਾ ਆ ਕਾਲਜ ਦੀ ਪ੍ਰਧਾਨਗੀ ਤੂੰ ਲੈ ਲੈ ਹੁਣ ਭਾਈ ਉਹ ਬੇਬੇ ਕੀ ਹੋ ਗਿਆ ਭਾਬੀ ਇੱਥੇ ਹੁਣ ਨਜ਼ਾਰੇ ਲੈਣ ਦੇ ਮੇਰੇ ਭਤੀਜੇ ਨੂੰ ਆਪਾਂ ਨੇ ਤਾਂ ਸਾਰਾ ਪਿੰਡ ਮੂਹਰੇ ਲਾ ਕੇ ਰੱਖਣਾ ਹੈ ਜਾਂਦਾ ਰਹੇ ਮੇਰਾ ਸ਼ੇਰ ਸਾਡਾ ਨਾਂ ਅੱਗੇ ਕਰੀ ਜਾਂਦਾ ਹੈਗਾ ਸਹੀ ਗੱਲ ਆ ਚਾਚਾ ਹਾਂ ਆ ਤੇਰਾ ਪਿਓ ਦੇਖ ਲੈ ਜਮਾਂ ਚੁੱਪ ਕਰਕੇ ਟਾਈਮ ਕੱਢ ਲੈਂਦਾ ਤੁਸੀਂ ਨੇ ਨਾ ਚਾਚੇ ਭਤੀਜੇ ਨੇ ਖਰੂ ਪਾ ਰੱਖਿਆ ਉਹ ਭਾਬੀ ਉਹ ਤਾਂ ਵਿਚਾਰਾ ਅੱਜ ਵੀ ਲੇਟ ਆਊਗਾ ਰੋਟੀ ਮੈਂ ਉਹਨੂੰ ਖਵਾਇਆ ਸੀਗਾ ਮੈਂ ਕਿਹਾ ਸੀ ਮਾਂ ਬਗ ਚੱਲ ਯੂਵੀ ਨੇ ਆਉਣਾ ਕਹਿੰਦਾ ਨਾ ਬਾਈ ਆ ਦੋਏ ਤਿੰਨੇ ਮੋਟਰਾਂ ਚੱਲ ਰਹੀਆਂ ਨੇ ਕਹਿੰਦਾ ਮੈਂ ਤਾਂ ਲੇਟ ਹੀ ਆਊਂਗਾ ਤੂੰ ਪਹੁੰਚ ਜਾ ਟਾਈਮ ਨਾਲ ਚੱਲ ਕੋਈ ਨਾ ਫਿਰ ਉਹ ਕਿਵੇਂ ਵੇ ਸੀ ਡੇਗਤੀ ਦੀ ਰੇਰੂ ਹਾਂ ਰੇਰੂ ਤਾਂ ਬਾਈ ਡੇਗਤੀ ਸੀ ਵੇ ਮਾਰਦੀ ਪੀਕ ਨਹੀਂ ਛਾਲਾਂ ਐਤਕੀ ਮੁੱਲ ਮੋੜ ਦੂਗੀ ਉਹ ਛਾਲਾਂ ਤਾਂ ਮਾਰਦੀ ਹੈ ਬਾਈ ਮੈਨੂੰ ਧੱਕੇ ਨਾਲ ਖੇਤ ਭੇਜ ਦਿੰਦਾ ਉਹ ਇੱਥੇ ਵਗ ਜਾ ਕੰਮ ਕਾਰ ਨਹੀਂ ਦੇਖਦਾ ਯਾਰ ਮੈਂ ਇੱਥੇ ਕਰਨਾ ਕੀ ਹੈ ਕੰਮ ਕਾਰ ਤਾਂ ਸਾਰਾ ਤੈਂ ਦੇਖਣਾ ਚੱਲ ਕੋਈ ਨਾ ਕੰਮ ਤਾਂ ਸਾਰਾ ਹੋ ਗਿਆ ਚੱਲੀਏ ਫਿਰ ਘਰੇ ਆਪਾਂ ਘਰੇ ਜਾ ਕੇ ਵੀ ਗਾਲਾਂ ਹੀ ਖਾਣੀਆਂ ਹੀ ਬਹਿ ਜਾ ਇੱਥੇ ਹੀ ਉਹ ਗਾਲਾਂ ਤਾਂ ਖਾਣੀਆਂ ਯਾਰ ਮੇਸੀ ਪਰ ਕੀ ਕਰ ਸਕਦੇ ਹਾਂ ਬਾਈ ਵੀ ਸੱਚੀ ਬੋਲਦਾ ਯਾਰ ਕੀ ਨਹੀਂ ਆਪਣੇ ਕੋਲ ਜ਼ਮੀਨ ਜਾਇਦਾਦ ਹੈ ਚੰਗਾ ਘਰ ਬਾਰ ਹੈ ਹਰੀ ਸਰਪੰਚੀ ਵਾਲੀ ਨਾ ਕਿਹੜਾ ਨਿਕਲਣੀ ਨਹੀਂ ਪਤਾ ਨਹੀਂ ਕਿਉਂ ਯਾਰ ਇਹ ਕਸਰ ਰਹੀ ਜਾਂਦੀ ਹੈ ਹਰ ਵਾਰੀ ਉਹ ਬਾਈ ਇੱਕ ਗੱਲ ਤਾਂ ਚਾਹੇ ਤੂੰ ਗੁੱਸਾ ਹੀ ਕਰੇ ਗੱਲ ਮੈਂ ਕਰਦਾ ਨਾ ਮੂੰਹ 'ਤੇ ਆ ਸਰਪੰਚੀ ਵਾਲਾ ਨਾ ਤੁਹਾਡਾ ਸੁਪਨਾ ਹੀ ਰਹਿ ਜਾਣਾ ਮੈਂ ਸੁਣਿਆ ਹੈ ਵੀ ਪਿੰਡ ਵਾਲੇ ਗੋਬਿੰਦ ਨੂੰ ਫਿਰ ਰਜਾਵੰਤੀ ਨਾਲ ਬਣਾਉਣ ਨੂੰ ਫਿਰਦੇ ਆ ਸਰਪੰਚ ਉਹ ਸਾਲਾ ਇਸ ਤਾਂ ਪੰਗਾ ਹੈ ਨਾ ਜੇ ਵੋਟਾਂ ਪੈਣ ਤਾਂ ਵੀ ਬੰਦੇ ਨੂੰ ਦਾਰੂ ਦੂਰੂ ਪਿਆ ਕੇ ਆਪਦੇ ਮਗਰ ਲਾਇਆ ਜਾ ਸਕਦਾ ਹਾਂ ਪੈਸਾ ਧੇਲਾ ਦੇ ਕੇ ਉਹ ਬਾਈ ਇੱਕ ਗੱਲ ਮੰਨਣੀ ਪਊਗੀ ਇਹ ਘਾਹ ਬੜਾ ਦੋਵਾਂ ਭਾਈਆਂ ਦਾ ਇੱਕ ਦੂਜੇ ਨੂੰ ਜਾਨ ਵਾਰਦੇ ਆ ਵੱਡਾ ਭਾਈ ਤਾਂ ਬਹੁਤਾ ਹੀ ਕਰਦਾ ਹੈ ਉਹ ਮੈਂ ਤਾਂ ਬਥੇਰਾ ਪੰਪ ਪੁੰਪ ਦੇਣ ਦੀ ਕੋਸ਼ਿਸ਼ ਕੀਤੀ ਫਾਲਾ ਫੁਲਾਂ ਦੇਣ ਦੀ ਪਰ ਗੱਲ ਨਹੀਂ ਬਣਦੀ ਯਾਰ ਮੈਂ ਤਾਂ ਸੋਚਿਆ ਕਿਤੇ ਪੈ ਜੂਗਾ ਪਾੜ ਪਰ ਇਹਨਾਂ 'ਚ ਪਾੜ ਨਹੀਂ ਪੈਂਦਾ ਉਹ ਕੋਈ ਗੱਲ ਨਹੀਂ ਜੇ ਦੋਨਾਂ 'ਚ ਪਾੜ ਨਹੀਂ ਪੈਂਦਾ ਤਾਂ ਤੀਜਾ ਆ ਗਿਆ ਨਾ ਇਹਨਾਂ ਵਾਲਾ ਕੌਣ ਆ ਗਿਆ ਤੀਜਾ ਯੂਵੀ ਅੱਛਾ ਆ ਗਿਆ ਫਿਰ ਹਾਂ ਮਹੀਨੇ ਦੀਆਂ ਛੁੱਟੀਆਂ ਕੱਟਣ ਆਇਆ
ਇਸ ਮਹੀਨੇ 'ਚ ਨਾ ਮੈਂ ਤੇਰਾ ਦੋਨੇ ਭਾਈਆਂ 'ਚ ਪਾੜਨਾ ਪਵਾਤਾ ਤਾਂ ਮੈਨੂੰ ਵੀ ਪਿਓ ਦਾ ਪੁੱਤ ਨਾ ਜਾਣੀ। ਬਸ ਦੇਖਦਾ ਜਾ, ਅੱਜ ਮਿਲਦੇ ਹਾਂ ਉਹਨੂੰ, ਕਰਦੇ ਹਾਂ ਗੱਲਾਂ ਬਾਤਾਂ ਸਾਂਝੀਆਂ। ਲਾ ਲਾ ਫਿਰ ਫੋਨ। ਕੋਈ ਨਾ, ਆ ਚੱਲੀਏ, ਲਾ ਹੀ ਲੈਂਦਾ। ਹੈਲੋ। ਹੈਲੋ, ਹਾਂਜੀ, ਕੌਣ? ਕਿਵੇਂ ਹੋ? ਮੈਂ ਤਾਂ ਠੀਕ ਹਾਂ, ਪਰ ਮੈਂ ਪਛਾਣਿਆ ਨਹੀਂ। ਅੱਛਾ ਯਾਰ, ਹੁਣ ਸਾਨੂੰ ਭੁੱਲ ਵੀ ਗਏ ਤੁਸੀਂ ਹੈ? ਸੀਰੀਅਸਲੀ, ਮੈਂ ਤੁਹਾਨੂੰ ਜਾਣਦੀ ਨਹੀਂ ਹੈਗੀ। ਕੌਣ ਤੁਸੀਂ? ਹਾਂਜੀ, ਯੂਵੀ? ਕੀ ਹਾਲ ਹੈ? ਮੈਂ ਤਾਂ ਵਧੀਆ। ਇੰਨੇ ਦਿਨਾਂ ਬਾਅਦ ਮੇਰੀ ਕਿਵੇਂ ਯਾਦ ਆ ਗਈ ਤੁਹਾਨੂੰ? ਹਾਂ, ਕਾਫੀ ਟਾਈਮ ਹੋ ਗਿਆ ਨਾ, ਆਪਣੀ ਗੱਲ ਹੋਣੀ ਬੰਦ ਹੋ ਗਈ ਸੀ, ਤਾਂ ਕਰਕੇ ਬਸ ਯਾਦ ਹੀ ਨਹੀਂ ਸੀਗਾ। ਹਾਂ ਕੋਈ ਨੀ, ਆਪਾਂ ਮਿਲ ਲੈਂਦੇ ਆ। ਓਕੇ ਜੀ, ਠੀਕ ਆ। ਨੀ ਕੁੜੀਏ, ਆ ਕਿਹਦੇ ਨਾਲ ਗੱਲ ਕਰੀ ਜਾਂਦੀ ਹੈ? ਇਹ ਤਾਂ ਮੇਰੀ ਫਰੈਂਡ ਦਾ ਫੋਨ ਸੀਗਾ, ਸਹੇਲੀ ਦਾ। ਨੀ ਤੂੰ ਚੁੱਪ ਕਰ ਜਾ, ਮੇਰੇ ਧੌਣੇ 'ਚ ਖੇ ਨਾ ਪਾ ਦੀ। ਕਿਹੋ ਜਿਹੀ ਗੱਲਾਂ ਕਰੀ ਜਾਂਦੇ ਹੋ ਤੁਸੀਂ? ਤੁਸੀਂ ਤਾਂ ਹਰ ਵਾਰੀ ਐਂ ਬੋਲਦੇ ਹੋ। ਮੈਂ ਦੂਜੀਆਂ ਕੁੜੀਆਂ ਵਰਗੀਆਂ ਨਹੀਂ ਹੈਗੀ, ਬਹੁਤ ਸਿਆਣੀ ਹਾਂ ਮੈਂ, ਮੈਨੂੰ ਪਤਾ ਮੇਰਾ ਚੰਗਾ ਮਾੜਾ ਕੀ ਹੈ। ਬਾਈਦਾ ਬਾਈਦਾ ਨਿਚਲੀ, ਆ ਫੋਨ 'ਤੇ ਤਾਂ ਲੱਗ ਰਿਹਾ ਗੱਲਾਂ ਮਾਰਨਾ। ਫੜਾਵਰਾ, ਤੇਰੀ ਚਾਂਪਲੀ ਹੈਗੀ। ਯੂਵੀ, ਤੁਹਾਨੂੰ ਪਤਾ ਆਪਾਂ ਇਸ ਜਗ੍ਹਾ 'ਤੇ ਕਿੰਨੇ ਟਾਈਮ ਬਾਅਦ ਮਿਲੇ ਹਾਂ? ਹਾਂ ਯਾਰ, ਟਾਈਮ ਬਾਅਦ ਤਾਂ ਮਿਲਿਆ, ਪਰ ਮੈਨੂੰ ਐਂ ਲੱਗ ਰਿਹਾ ਵੀ ਤੂੰ ਮੈਨੂੰ ਮਿਸ ਬਹੁਤ ਕੀਤਾ। ਮਿਸ ਤਾਂ ਬਹੁਤ ਕੀਤਾ, ਚਲੋ ਇਹ ਗੱਲਾਂ ਛੱਡੋ। ਐਂ ਦੱਸੋ, ਤੁਹਾਡੀ ਪੜ੍ਹਾਈ ਲਿਖਾਈ ਕਿਵੇਂ ਚੱਲਦੀ ਆ? ਤੈਨੂੰ ਪਤਾ ਤਾਂ ਵੀ ਸਵਾਲ ਲੈਂਦੀ ਆ, ਉਹ ਪੜ੍ਹਾਈ ਕਿਹੜੀ ਕੀਤੀ ਆ? ਬਸ ਬਦਮਾਸ਼ੀ ਕੀਤੀ ਆ। ਅੱਛਾ, ਬਦਮਾਸ਼ੀ ਕੀਤੀ ਹੈ, ਤੁਹਾਨੂੰ ਇਸ ਗੱਲ ਦਾ ਪਤਾ ਆ? ਬਦਮਾਸ਼ਾਂ ਨੂੰ ਕੋਈ ਕੁੜੀ ਨਹੀਂ ਦਿੰਦਾ ਹੈਗਾ, ਫਿਰ ਤੁਹਾਡਾ ਵਿਆਹ ਕਿਵੇਂ ਹੋਊਗਾ? ਉਹ ਯਾਰ, ਬਦਮਾਸ਼ੀ ਤਾਂ ਨਾ ਬਸ ਉੱਥੇ ਤੱਕ ਹੀ ਸੀ, ਇੱਥੇ ਤਾਂ ਤੈਨੂੰ ਮੇਰੇ ਚਾਚੇ ਦੇ ਸੁਭਾਅ ਦਾ ਪਤੀ ਆ, ਇੱਥੇ ਤਾਂ ਮੈਂ ਜਮਾਂ ਸ਼ਰੀਫ ਬਣ ਕੇ ਰਹਿਣਾ। ਇਹ ਗੱਲ ਤਾਂ ਪਤਾ ਯੂਵੀ, ਪਰ ਤੁਹਾਨੂੰ ਇਸ ਗੱਲ ਦਾ ਪਤਾ, ਪਿਆਰ ਕਰਨਾ ਬਹੁਤ ਸੌਖਾ ਅਤੇ ਨਿਭਾਉਣਾ ਬਾਹਲਾ ਔਖਾ। ਟੈਨਸ਼ਨ ਨਾ ਲੈ ਪ੍ਰੀਤ ਕਿਸੇ ਗੱਲ ਦੀ, ਵਿਆਹ ਤਾਂ ਜੱਟ ਤੇਰੇ ਨਾਲ ਹੀ ਕਰਾਊਗਾ, ਉਹਦੇ ਲਈ ਚਾਹੇ ਹਥਿਆਰ ਕਿਉਂਣਾ ਚੱਕਣੇ ਪੈ ਜਾਣ। ਅੱਛਾ ਜੀ, ਹੁਣ ਜੱਟੇ ਨੂੰ ਰਫਲਾਂ ਨਾਲ ਵਿਆਹ ਕੇ ਲਿਜਾਉਣ ਨੂੰ ਫਿਰਦਾ। ਅਤੇ ਹੋਰ ਹੁਣ ਯਾਰ, ਸੁੱਖੇ ਬਾਈ ਦਾ ਫੋਨ ਆ ਗਿਆ, ਇੱਕ ਮਿੰਟ। ਹੈਲੋ। ਹਾਂ ਬਾਈ। ਅੱਛਾ ਆ ਗਿਆ, ਬਸ ਮੈਂ ਦੋ ਮਿੰਟਾਂ 'ਚ ਬਾਈ। ਠੀਕ ਹੈ, ਠੀਕ ਹੈ, ਓਕੇ। ਯਾਰ ਪਲੀਜ਼ ਸੋਰੀ, ਮੈਨੂੰ ਨਾ ਜਾਣਾ ਪਊਗਾ, ਸੁੱਖੇ ਬਾਈ ਦਾ ਫੋਨ ਆ ਗਿਆ। ਮੈਨੂੰ ਪਤਾ ਸੀ, ਲਾਸਟ ਟਾਈਮ 'ਚ ਤੁਸੀਂ ਐਂ ਕਹਿ ਦਿੰਦੇ ਹੋ ਸੋਰੀ, ਇੰਨੇ ਟਾਈਮ ਬਾਅਦ ਆਪਾਂ ਮਿਲਿਆ ਅਤੇ ਹੁਣੇ ਚੱਲਿਓ ਤੁਸੀਂ। ਯਾਰ ਤੈਨੂੰ ਪਤਾ ਨਾ, ਯੂਨੀਵਰਸਿਟੀ ਤੋਂ ਆ ਕੇ ਬਾਈ ਨੂੰ ਮਸਾਂ ਮਿਲਦਾ ਮੈਂ, ਅਤੇ ਨਾਲੇ ਯੂਨੀਵਰਸਿਟੀ ਤੋਂ ਆਇਆ ਨਾ, ਸਿੱਧਾ ਤੇਰੇ ਕੋਲ ਹੀ ਆਇਆ, ਹੁਣ ਬਾਈ ਕੋਲ ਤਾਂ ਜਾਣਾ ਪਊਗਾ ਨਾ ਯਾਰ। ਠੀਕ ਆ। ਚੱਲ ਮੇਰੀ ਗੱਲ ਸੁਣ, ਗੁੱਸੇ ਨਹੀਂ ਹੁੰਦੇ ਹੁੰਦੇ, ਠੀਕ ਆ? ਜਦੋਂ ਹੀ ਉੱਧਰੋਂ ਫ੍ਰੀ ਹੋ ਗਿਆ ਮੈਂ ਤੈਨੂੰ ਕਾਲ ਕਰੂੰਗਾ। ਪੱਕਾ ਨਾ? ਪੱਕਾ। ਤੂੰ ਇਹਨਾਂ ਕੁਛ ਖਾਣਾ ਪੀਣਾ? ਨਹੀਂ ਕੁਛ ਨਹੀਂ ਖਾਣਾ। ਮੈਂ ਤੈਨੂੰ ਘਰ ਛੱਡਦਾ। ਹਾਂਜੀ, ਮੈਨੂੰ ਡ੍ਰੌਪ ਕਰ। ਚਲੋ ਚਲੋ। ਤਾਂ ਹੀ ਨਾ ਕਿਤੇ ਦੇਖ ਲੈ, ਫਟਾਫਟ ਫੋਨ ਲਾਉਂਦੀ ਹਾਂ। ਹੈਲੋ। ਹੈਲੋ, ਹਾਂਜੀ ਜਨਾਬ, ਕਿਵੇਂ ਹੋ? ਵਧੀਆ ਵਧੀਆ, ਤੁਸੀਂ ਦੱਸੋ ਕਿਵੇਂ ਹੋ? ਵਧੀਆ, ਘੈਂਟ ਜਮਾ। ਮੈਂ ਨਾ ਤੁਹਾਨੂੰ ਮਿਲਣਾ ਸੀਗਾ। ਮਿਲ ਲੈਣਾ ਯਾਰ, ਫਿਰ ਇਹ ਬੜੀ ਵੱਡੀ ਗੱਲ ਆ। ਬਸ ਫਿਰ ਅੱਜ ਸ਼ਾਮ ਨੂੰ ਆਪਾਂ ਮਿਲਦੇ ਹਾਂ। ਸ਼ਾਮ ਨੂੰ?
ਨਹੀਂ ਯਾਰ ਸ਼ਾਮ ਨੂੰ ਤਾਂ ਨਹੀਂ ਮਿਲਿਆ ਜਾਣਾ, ਤੂੰ ਐਂ ਕਰ ਆਪਾਂ ਰਾਤ ਨੂੰ ਮਿਲਦੇ ਹਾਂ। ਰਾਤ ਨੂੰ? ਹਾਂ ਚਲੋ ਠੀਕ ਹੈ, ਫਿਰ ਆਪਾਂ ਰਾਤ ਨੂੰ ਮਿਲਦੇ ਹਾਂ। ਹਾਂ ਰਾਤ ਨੂੰ ਅੱਜ। ਠੀਕ ਆ ਠੀਕ ਆ, ਬਾਏ। ਓਕੇ ਬਾਏ। ਮੇਸੀ ਜਿਹੜੇ ਦਿਨ ਦੀ ਉਡੀਕ ਸੀ ਨਾ ਆਪਾਂ ਨੂੰ, ਉਹ ਦਿਨ ਆ ਹੀ ਗਿਆ। ਯੂ ਵੀ ਆਪਣੀ ਮਸ਼ੂਕ ਨੂੰ ਮਿਲਣ ਚੱਲਿਆ, ਦੱਸ ਕੇ ਗਿਆ ਉਹ ਮੈਨੂੰ। ਅੱਛਾ ਬਾਈ, ਤਾਂ ਫਿਰ ਪਾ ਦੇ ਕੋਈ ਗੇਮ। ਬਸ ਇੱਕ ਗੱਲ ਦਾ ਧਿਆਨ ਰੱਖੀ, ਅੱਜ ਦੀ ਮੁਲਾਕਾਤ ਨੂੰ ਨਾ ਆਪਾਂ ਚੋਰੀ ਦਾ ਰੂਪ ਦੇਣਾ। ਉਹ ਕਿਵੇਂ ਦੇਣਾ ਉਹ ਤੂੰ ਮੇਰੇ 'ਤੇ ਛੱਡ ਦੇ, ਸਰਪੰਚ ਦੀ ਪਿੱਠ ਲਵਾਉਣੀ ਆ ਸੱਥ 'ਚ, ਧਿਆਨ ਰੱਖੀ। ਹੁਣ ਮੈਂ ਯੂਵੀ ਨੂੰ ਮਿਲਣ ਜਾ ਰਿਹਾ, ਬਾਕੀ ਕੰਮ ਤੂੰ ਮੇਰੇ 'ਤੇ ਛੱਡ ਦੇ, ਬਸ ਸੱਚ ਗੱਲ ਥੱਲੇ ਨਹੀਂ ਡਿੱਗਣੀ ਚਾਹੀਦੀ। ਬਾਈ ਬੇਫਿਕਰ ਆ ਜਾ ਤੂੰ, ਕੱਲ੍ਹ ਨੂੰ 7 ਦੇ ਵਿੱਚ ਸਰਪੰਚ ਦੀ ਐਸੀ ਨੀਵੀਂ ਪਊਗੀ ਕਿ ਸਾਰਾ ਪਿੰਡ ਦੇਖਦਾ ਰਹਿ ਜੂਗਾ। ਬਾਕੀ ਤੂੰ ਆਪਣੇ ਕੰਮ 'ਤੇ ਪੂਰਾ ਉਤਰੀ। ਆਪਣੇ ਕੰਮ 'ਤੇ ਮੈਂ ਪੂਰੀ ਉਤਰਦਾ ਹੁੰਦਾ, ਹੁਣ ਤੂੰ ਚਾਹ ਬਾਕੀ ਦੀ ਤਿਆਰੀ ਕਰ। ਮੈਂ ਇਹਨਾਂ ਤੋਂ ਟੈਨਸ਼ਨ ਨਾ ਲੈ। ਓਕੇ ਦੇਖਦਾ ਉਹਨੇ ਭਾਈ ਕਿੰਨਾ ਚਿਰ ਇਕੱਠੇ ਰਹਿੰਦੇ। ਪ੍ਰੀਤ ਆ ਗਏ ਤੁਸੀਂ, ਕੀ ਹਾਲ ਨੇ ਤੇਰੇ? ਹਾਲ ਤਾਂ ਮੇਰੇ ਠੀਕ ਨੇ, ਤੁਹਾਨੂੰ ਕਿਸੇ ਨੇ ਦੇਖਿਆ ਤਾਂ ਨਹੀਂ ਆਉਂਦੇ ਹੋਏ? ਯਾਰ ਆਏ ਕਿਵੇਂ ਕੋਈ ਦੇਖ ਲੂਗਾ, ਸਾਰੇ ਸੁੱਤੇ ਪਏ ਨੇ, ਆਪਣੇ ਤੋਂ ਬਿਨਾਂ ਕੋਈ ਨਹੀਂ ਜਾਂਦਾ ਇਸ ਟਾਈਮ। ਪੱਕਾ ਨਾ? ਹਾਂ ਤੁਸੀਂ ਇੱਕ ਮਿੰਟ ਬੈਠੇ ਰਹੋ, ਮੈਂ ਆਉਂਦੀ ਹਾਂ। ਓਏ ਕਿੱਥੇ ਜਾਂਦੀ ਹੈ ਯਾਰ ਤੂੰ, ਬੈਠਣਾ ਇੱਥੇ ਹੁਣ ਨਹੀਂ ਕਿਤੇ ਜਾਣਾ, ਬਸ ਮੈਂ ਤੈਨੂੰ ਕੋਲ ਬਿਠਾ ਕੇ ਦੇਖਣਾ ਹੀ ਆ। ਦਿਲ ਤਾਂ ਮੇਰਾ ਵੀ ਐਂ ਕਰੀ ਜਾਂਦਾ ਯੂ ਵੀ, ਤੁਹਾਨੂੰ ਬਿਠਾ ਕੇ ਨਾ ਬਸ ਦੇਖ ਹੀ ਆਵਾਂ। ਫਿਰ ਦੇਖੀ ਜਾਣਾ। ਮੇਰੀ ਗੱਲ ਸੁਣੋ, ਇਦੋਂ ਪਹਿਲਾਂ ਮੇਰੀ ਮਾਸੀ ਉੱਠੇ, ਤੁਸੀਂ ਜਾਓ ਪਲੀਜ਼। ਯਾਰ ਤੂੰ ਕਿਉਂ ਨਹੀਂ ਚੱਲਣੀ ਆ, ਕੋਈ ਨਹੀਂ ਉੱਠਦਾ, ਨਾਲੇ ਐਵੇਂ ਨਾ ਡਰਿਆ ਕਰ, ਮੈਂ ਤੇਰੇ ਨਾਲ ਆਉਣਾ। ਨਾਲ ਤਾਂ ਹੈਗੇ, ਡਰ ਤਾਂ ਲੱਗਦਾ ਹੀ ਹੈ। ਮੇਰੀ ਗੱਲ ਸੁਣੋ, ਹੁਣ ਤੁਸੀਂ ਪਲੀਜ਼ ਜਾਓ। ਮੈਂ ਕਿਤੇ ਨਹੀਂ ਜਾਣਾ, ਬੈਠ ਇੱਥੇ ਦੇਖ ਲਓ, ਫਿਰ ਮੈਂ ਮਿਲਣਾ ਨਹੀਂ ਹੈਗਾ ਜੇ ਤੁਸੀਂ ਆਪਦੀ ਜਿੱਦ 'ਤੇ ਹੀ ਅੜੇ ਰਹੇ। ਚੱਲ ਠੀਕ ਆ ਯਾਰ, ਹੈ ਨਾ ਬੋਲਿਆ ਕਰ, ਮੈਂ ਜਾਂਦਾ। ਮੈਂ ਫਿਰ ਮਿਲਦੀ ਹਾਂ, ਠੀਕ ਹੈ? ਹਾਂ ਨਾ, ਆਪਾਂ ਚੋਰੀ ਚੋਰੀ ਮਿਲਣ ਵਾਲਾ ਜੱਬ ਨਿਬੇੜੀ ਦੇਵਾਂਗੇ। ਮੈਂ ਘਰੇ ਗੱਲ ਕਰੂੰਗਾ ਅਤੇ ਤੂੰ ਵੀ ਆਪਦੀ ਮਾਸੀ ਨਾਲ ਗੱਲ ਕਰੀ। ਆ ਜੋੜੇ ਤੁਹਾਡੇ ਮੇਰੇ ਹੱਥ, ਤੁਸੀਂ ਤਾਂ ਮੁੰਡੇ ਹੋ, ਤੁਸੀਂ ਗੱਲ ਕਰ ਸਕਦੇ ਹੋ। ਮੇਰੀ ਹਿੰਮਤ ਨਹੀਂ ਹੈਗੀ ਵੀ ਮੈਂ ਮਾਸੀ ਨਾਲ ਗੱਲ ਕਰਾਂ। ਹੋਰ ਕੋਈ ਗੱਲ ਨਹੀਂ, ਮੈਂ ਕਰ ਲੂੰਗਾ ਘਰੇ ਆ ਕੇ ਗੱਲ, ਐਡੀ ਕੀ ਟੈਨਸ਼ਨ ਆ। ਚੰਗਾ ਚੰਗਾ, ਤੁਸੀਂ ਜਾਓ, ਇਦੋਂ ਪਹਿਲਾਂ ਮੇਰੇ ਹਾਰ ਪਵਾ ਦਿਓ। ਚਲੋ ਠੀਕ। ਦੇਖੋ ਸਰਪੰਚ ਸਾਹਿਬ ਜੀ, ਚੋਰੀ ਤਾਂ ਹੋਈ ਆ, ਇਹ ਚੱਲੇ ਸੀ ਥਾਣੇ, ਮੈਂ ਕਿਹਾ ਫਿਰ ਵੀ ਸਰਪੰਚ ਦਾ ਭਤੀਜਾ ਆ, ਕੋਈ ਗੱਲ ਨਹੀਂ ਆ, ਪੰਚਾਇਤ ਦੇ ਵਿੱਚ ਗੱਲ ਨਿਬੇੜ ਦੇਣੀ ਆ। ਹਾਂਜੀ ਹਾਂਜੀ, ਸਾਡੇ CCTV ਕੈਮਰੇ 'ਚ ਫੋਟੋ ਆਈਆਂ ਨੇ, ਚੋਰੀ ਉਹਨੇ ਨੇ ਕੀਤੀ ਤਾਂ ਹੋਰ ਕਿਹਨੇ ਕੀਤੀ ਹੈਗੀ? ਚਲੋ ਕੋਈ ਗੱਲ ਨਹੀਂ, ਜੇ ਉਹਦੀਆਂ ਫੋਟੋਆਂ ਆਈਆਂ ਨੇ ਨਾ ਤਾਂ ਉਹਨੂੰ ਇੱਕ ਵਾਰ ਮੈਂ ਪੰਚਾਇਤ 'ਚ ਬੁਲਾ ਕੇ ਪੁੱਛ ਲੈਂਦਾ, ਪਰ ਮੇਰੇ ਭਤੀਜੇ ਨੂੰ ਚੋਰੀ ਕਰਨ ਦੀ ਕੋਈ ਲੋੜ ਨਹੀਂ ਹੈਗੀ, ਇੰਨੇ ਗਿਰੇ ਹੋਏ ਨਹੀਂ ਹੈਗੇ ਅਸੀਂ। ਪਰ ਫਿਰ ਵੀ ਨਗਰ ਦੇ ਸਾਹਮਣੇ ਮੈਂ ਨਗਰ ਦੀ ਇੱਜ਼ਤ ਕਰਦਾ, ਕਿਉਂਕਿ ਤੁਸੀਂ ਨੇ ਮੈਨੂੰ ਸੋਚ ਸਮਝ ਕੇ ਚੁਣਿਆ ਗਾ, ਫੈਸਲਾ ਤੁਹਾਡੇ ਸਾਹਮਣੇ ਕਰੂੰਗਾ। ਮੈਂ ਹੁਣੇ ਆਪਦੇ ਭਤੀਜ ਨੂੰ ਫੋਨ ਕਰਕੇ ਬੁਲਾ ਲੈਂਦਾ। ਬੁਲਾਓ ਬੁਲਾਓ ਸਰਪੰਚ ਸਾਹਿਬ, ਇੱਕ ਰੀ। ਕੋਈ ਗੱਲ ਨਹੀਂ, ਬੁਲਾ ਲੈਣਾ, ਹੁਣ ਇਹ ਦੋਤਾ ਪਾਣੀ ਪਾਣੀ ਹੋਊਗਾ। ਇੱਕ ਹੁਣ ਮੇਰਾ ਚਾਚੇ ਦਾ ਫੋਨ ਆ ਗਿਆ। ਹੈਲੋ। ਹਾਂ ਚਾਚਾ। ਅੱਛਾ ਸੱਥ 'ਚ? ਚੱਲ ਠੀਕ ਆ, ਆਉਣੇ। ਠੀਕ, ਕੀ ਹੋ ਗਿਆ? ਚਾਚੇ ਦਾ ਫੋਨ ਆਇਆ ਯਾਰ, ਸੱਥ 'ਚ ਬੁਲਾਇਆ। ਸੱਥ 'ਚ ਇਸ ਵੇਲੇ? ਪਤਾ ਨਹੀਂ, ਆ ਚੱਲੀਏ। ਚੱਲ
ਆ ਜਾਂਦਾ ਉਹ। ਕੋਈ ਗੱਲ ਨਹੀਂ, ਬੁਲਾਓ ਜੀ ਬੁਲਾਓ, ਇਹਨਾਂ ਨੁਕਸਾਨ ਕਰਤਾ ਸਾਡਾ, ਬਹੁਤ ਨੁਕਸਾਨ ਹੋਇਆ ਸਰਪੰਚ ਸਾਹਿਬ। ਜੇ ਮੇਰੇ ਭਤੀਜੇ ਨੇ ਨੁਕਸਾਨ ਕਰਿਆ ਹੋਇਆ ਨਾ ਤਾਂ ਉਹਦਾ ਨੁਕਸਾਨ ਅਸੀਂ ਭਰਾਂਗੇ, ਅਤੇ ਨਾਲੇ ਸਾਰੇ ਪਿੰਡ ਦੇ ਸਾਹਮਣੇ ਉਹ ਤੋਂ ਮਾਫ਼ੀ ਮੰਗਾਵਾਂਗੇ। ਉਹ ਤਾਂ ਮੰਗਣੀ ਪਊਗੀ ਸਰਪੰਚ ਸਾਹਿਬ ਕਿ ਨਹੀਂ? ਕਿਉਂ ਜੀ ਮੰਗਣੀ ਨਹੀਂ ਪਊਗੀ ਮਾਫ਼ੀ ਜੀ, ਇੰਨਾ ਨੁਕਸਾਨ ਕਰਿਆ ਜੀ। ਕੋਈ ਗੱਲ ਨਹੀਂ ਜੀ, ਮਾਫ਼ੀ ਮੈਂ ਪੱਕਾ ਮੰਗਾਊਂਗਾ, ਪਰ ਇੱਕ ਵਾਰ ਆਪਾਂ ਨੂੰ ਪੱਕਾ ਪਤਾ ਤਾਂ ਲੱਗ ਜਾਏ ਵੀ ਮੇਰੇ ਭਤੀਜੇ ਨਹੀਂ ਚੋਰੀ ਕਰੀ ਹੈਗੀ। ਜਦੋਂ ਸਰਪੰਚ ਸਾਹਿਬ ਜਿਹਨੇ ਚੋਰੀ ਹੋਈ ਉਹ ਕਹਿ ਰਹੇ ਆ, ਤਾਂ ਫਿਰ ਵਾਰ ਵਾਰ ਉਦਾਹਰਨਾਂ ਦੇਣ ਦੀ ਲੋੜ ਹੈ? ਮੈਂ ਉਸੇ ਗੱਲ ਫੋਟੋ ਆਈਆਂ ਨੇ ਜੀ, ਮੈਂ ਉਸੇ ਗੱਲ ਤੋਂ ਐਗਰੀ ਹਾਂ ਵੀ ਮੇਰੇ ਭਤੀਜੀ ਸੀ ਸੀ ਟੀ ਵੀ 'ਚ ਫੋਟੋ ਆ ਗਈ, ਪਰ ਹਜੇ ਤੱਕ ਇਹ ਕਲੀਅਰ ਨਹੀਂ ਆ ਵੀ ਚੋਰੀ ਉਸੇ ਨੇ ਕਰੀ ਹੈ। ਉਹ ਕੋਈ ਗੱਲ ਨਹੀਂ ਆ, ਲੱਗ ਜੂਗਾ ਪਤਾ ਹੋਣਾ। ਕੋਈ ਗੱਲ ਨਹੀਂ, ਆ ਜਾਣ ਦੋ ਉਹਨੂੰ, ਉਹ ਆ ਗਿਆ ਮੇਰਾ ਭਤੀਜਾ, ਆਇਆ ਪੁੱਤਰ ਆ ਜਾ। ਕੀ ਗੱਲ ਹੋ ਗਈ? ਗੱਲ ਤਾਂ ਪੁੱਤ ਰਾਤ ਆਪਣੇ ਪਿੰਡ 'ਚ ਹੋਈ ਹੈ ਚੋਰੀ, ਅਤੇ ਉਹ ਚੋਰੀ ਦਾ ਇਲਜ਼ਾਮ ਸਾਰਾ ਪਿੰਡ ਤੇਰੇ 'ਤੇ ਲਾ ਰਿਹਾ, ਕਿਉਂਕਿ ਤੇਰੀਆਂ ਫੋਟੋ ਆਈਆਂ ਨੇ ਸੀ ਸੀ ਟੀ ਵੀ ਕੈਮਰੇ 'ਚ, ਅਤੇ ਪੁੱਤ ਬਣ ਕੇ ਹੁਣ ਦੱਸ ਦੇ ਤੂੰ ਰਾਤ ਨੂੰ ਉੱਥੇ ਕੀ ਕਰਨ ਗਿਆ ਸੀ। ਚਾਚਾ ਤੈਨੂੰ ਲੱਗਦਾ ਵੀ ਮੈਂ ਚੋਰੀ ਕਰੂੰਗਾ? ਕੌਣ ਕਹਿੰਦਾ ਵੀ ਮੇਰੀਆਂ ਫੋਟੋ ਆਈਆਂ ਨੇ? ਅਤੇ ਫਿਰ ਇਹ ਝੂਠ ਬੋਲਦੇ ਆ, ਦੱਸ ਨਾ ਤੂੰ ਐਂ ਦੱਸ ਪੁੱਤ, ਜੇ ਤੈਂ ਚੋਰੀ ਨਹੀਂ ਕਰੀ ਅੱਧੀ ਰਾਤ 12 ਵਜੇ ਉੱਥੇ ਕਰਦਾ ਕੀ ਫਿਰਦਾ ਸੀ ਤੂੰ? ਉਹ ਤਾਂ ਚਾਚਾ ਮੈਂ ਕੀ ਮੈਂ ਚੁੱਪ ਕਰਕੇ ਪਿੰਡ ਵਾਲੇ ਤੋਂ ਮਾਫ਼ੀ ਮੰਗ ਲੈ, ਨਹੀਂ ਮੈਥੋਂ ਬੁਰਾ ਕੋਈ ਨਹੀਂ। ਮੇਰੀ ਗੱਲ ਸੁਣ ਚਾਚਾ, ਜੇ ਇਹਨਾਂ ਨੂੰ ਲੱਗਦਾ ਨਾ ਵੀ ਮੈਂ ਚੋਰੀ ਕੀਤੀ ਆ, ਆਪਾਂ ਪੈਸੇ ਦੇ ਦਾਂਗੇ ਐਡੀ ਗੱਡੀ ਖਾਸ ਗੱਲ ਆ। ਪੈਸੇ ਨਹੀਂ ਧੋਣ ਕਿਹਨੂੰ ਦਿਖਾਉਣਾ ਓਏ, ਪਿੰਡ 'ਚ ਤਾਂ ਸਾਰੀ ਤੂੰ ਤੂੰ ਕਰਾਤੀ, ਚੁੱਪ ਕਰਕੇ ਮਾਫ਼ੀ ਮੰਗ। ਕੋਈ ਗੱਲ ਨਹੀਂ ਸਰਪੰਚ ਸਾਹਿਬ, ਤੁਹਾਡਾ ਭਤੀਜਾ ਮਾਫ਼ੀ ਨੂੰ ਕੀ ਹੁੰਦਾ, ਰਹਿਣ ਦਿਓ। ਨਹੀਂ ਨਹੀਂ, ਚਾਹੇ ਮੇਰਾ ਭਤੀਜਾ ਹੋਵੇ ਚਾਹੇ ਹੋਵੇ ਮੇਰਾ ਭਾਈ, ਜੇ ਇਹਨੇ ਚੋਰੀ ਕਰੀ ਹੈ ਤਾਂ ਪਿੰਡ 'ਚੋਂ ਮਾਫ਼ੀ ਮੰਗੂਗਾ, ਨਾਲੇ ਜਿੰਨਾ ਇਹਨਾਂ ਦਾ ਨੁਕਸਾਨ ਹੋਇਆ ਉਹਦੇ ਪੈਸੇ ਅਸੀਂ ਭਰਾਂਗੇ, ਮਾਫ਼ੀ ਮੰਗੋ ਇਹਨਾਂ ਤੋਂ। ਮਾਫ਼ ਕਰ ਦਿਓ ਮੈਨੂੰ। ਠੀਕ ਹੈ ਬਜ਼ੁਰਗੋ, ਮੈਂ ਵੀ ਆਪਣੇ ਭਤੀਜੇ ਵੱਲੋਂ ਮਾਫ਼ੀ ਮੰਗਦਾ ਤੁਹਾਡੇ ਤੋਂ, ਨਾਲੇ ਭਾਈ ਜਿੰਨਾ ਤੇਰਾ ਨੁਕਸਾਨ ਹੋਇਆ ਚੁੱਪ ਚਾਪ ਆ ਕੇ ਆਪਣੇ ਘਰੋਂ ਪੈਸੇ ਲੈ ਜੀ। ਠੀਕ ਹੈ ਸਰਪੰਚ ਸਾਹਿਬ, ਅਤੇ ਕੱਲ੍ਹ ਨੂੰ ਕੋਈ ਐਂ ਨਾ ਕਹਿ ਦੇ ਸਰਪੰਚ ਆਪਣੇ ਭਤੀਜ ਵਾਸਤੇ ਚੁੱਪ ਕਰਕੇ ਬਹਿ ਗਿਆ ਸੀਗਾ, ਕਿਉਂਕਿ ਫੈਸਲੇ ਮੇਰੇ ਪਹਿਲਾਂ ਵੀ ਸਹੀ ਸੀ ਅਤੇ ਅੱਜ ਵੀ ਸਹੀ ਹੋਏ ਨੇ, ਚਾਹੇ ਸਾਡੇ ਘਰ ਦਾ ਮੈਟਰ ਸੀ ਚਾਹੇ ਆਪਣੇ ਪਿੰਡ ਦਾ, ਮੈਂ ਪਹਿਲਾਂ ਵੀ ਥਾਣੇ 'ਚ ਗੱਲ ਜਾਣ ਨਹੀਂ ਦਿੱਤੀ ਅਤੇ ਅੱਜ ਤੋਂ ਬਾਅਦ ਵੀ ਨਹੀਂ ਜਾਣ ਦਿੰਦਾ। ਠੀਕ ਹੈ ਜੀ, ਚੰਗਾ ਜੀ ਪੰਚਾਇਤ। ਚੰਗਾ ਯੂਵੀ, ਇੱਥੇ ਕਿਉਂ ਖੜਾ ਯਾਰ, ਨਾਲੇ ਇੰਨਾ ਗੁੱਸਾ ਕਰਨ ਦਾ ਕੋਈ ਮਤਲਬ ਨਹੀਂ, ਘਰੇ ਜਾ। ਨਹੀਂ ਯਾਰ, ਮੇਰਾ ਘਰੇ ਜਾਣ ਨੂੰ ਜੀ ਨਹੀਂ ਕਰਦਾ, ਨਾਲੇ ਗੁੱਸਾ ਨਾ ਕਰਾਂ ਤਾਂ ਹੋਰ ਕੀ ਕਰਾਂ, ਮੈਂ ਨਹੀਂ ਮੇਰੇ ਚਾਚੇ ਦੇ ਮੱਥੇ ਲੱਗਣਾ ਹੁਣ। ਚੱਲ ਕੋਈ ਗੱਲ ਨਹੀਂ ਯਾਰ, ਪੰਚਾਇਤ ਦੇ ਫੈਸਲੇ ਨੂੰ ਕੌਣ ਟਾਲ ਸਕਦਾ, ਦੇਖ ਗੁੱਸਾ ਕਰਨ ਦਾ ਕੋਈ ਫਾਇਦਾ ਨਹੀਂ। ਜੇ ਇਹਦੀ ਜਗ੍ਹਾ 'ਤੇ ਤੇਰਾ ਪਿਓ ਸਰਪੰਚ ਹੁੰਦਾ ਤਾਂ ਗੱਲ ਹੋਰ ਹੋਣੀ ਸੀ, ਪਰ ਹੁਣ ਕੀ ਕਰ ਸਕਦੇ ਹਾਂ ਭਾਈ, ਸ਼ਰੀਕ ਤਾਂ ਸ਼ਰੀਕ ਹੀ ਹੁੰਦਾ। ਬਾਕੀ ਤੇਰੇ ਚਾਚੇ ਨੇ ਤਾਂ ਆਪਣੀ ਟੌਰ ਬਣਾਉਣੀ ਸੀ, ਉਹ ਬਣਾ ਲਈ, ਵੋਟਾਂ ਵੀ ਲੈਣੀਆਂ ਨੇ, ਸਮਝਿਆ ਕਰ, ਉਹਨੂੰ ਤੇਰੀ ਇੱਜ਼ਤ ਵੇਚਤੀ ਨਾਲ ਕੋਈ ਫਰਕ ਨਹੀਂ ਪੈਂਦਾ, ਤੂੰ ਕਿਉਂ ਗੁੱਸਾ ਕੱਢੀ ਜਾਂਦਾ? ਦੇਖ ਮੇਰੀ ਗੱਲ ਮੰਨ, ਘਰੇ ਜਾ, ਚਾਹ ਪਾਣੀ ਪੀ ਅਤੇ ਆਪਣਾ ਦਿਮਾਗ ਸੈੱਟ ਕਰ। ਯਾਰ ਮੇਰੀ ਸੁਣ ਗੱਲ, ਮੇਰੇ ਨਾਲ ਕਿਸੇ ਨਾਲ ਵੀ ਗੱਲ ਕਰਨ ਦਾ ਮੂਡ ਨਹੀਂ ਹੈਗਾ, ਮੈਂ ਤਾਂ ਤੈਨੂੰ ਵੀ ਇਹੀ ਕਹਿਣਾ ਵੀ ਤੂੰ ਜਾ ਇੱਥੋਂ, ਮੈਨੂੰ ਇਕੱਲਾ ਛੱਡ ਦੇ ਯਾਰ। ਚੱਲ ਠੀਕ ਹੈ ਭਾਈ, ਡਿੱਗੇ ਖੋਤੇ ਤੋਂ ਗੁੱਸਾ ਕਮ ਯਾਰ। ਕੋਈ ਗੱਲ ਨਹੀਂ ਚਾਚਾ, ਤੈਨੂੰ ਤਾਂ ਦੇਖੂੰਗਾ ਮੈਂ। ਬੇ ਜੂਬੀ, ਨਾ ਕੀ ਹੋਇਆ ਪੁੱਤ, ਆਏਗਾ ਤਾਂ ਤੂੰ ਕੀ ਦੱਸਾਂ ਬੇਬੇ,
ਪੰਚਾਇਤ 'ਚ ਬੇਇੱਜ਼ਤੀ ਕਰਵਾ ਕੇ ਆਇਆ। ਕਿਉਂ ਕਿਉਂ ਤੇਰੀ ਬੇਇੱਜ਼ਤੀ ਕਿਹਨੇ ਕਰਤੀ ਪੰਚਾਇਤ 'ਚ? ਮੇਰੇ ਚਾਚੇ ਨੇ ਕੀਤੀ ਆ, ਚੋਰੀ ਦਾ ਝੂਠਾ ਇਲਜ਼ਾਮ ਲਾਇਆ ਤੇਰੇ ਪੁੱਤ 'ਤੇ। ਤੈਨੂੰ ਲੱਗਦਾ ਬੇਬੇ ਵੀ ਤੇਰਾ ਪੁੱਤ ਚੋਰੀ ਕਰਨ ਵਾਲਾ? ਨਾ ਪੁੱਤ, ਚੋਰੀ ਉਹ ਵੀ ਤੂੰ। ਨਾਲੇ ਪੰਚਾਇਤ ਤਾਂ ਕਹਿੰਦੀ ਸੀ ਵੀ ਸਰਪੰਚ ਆ ਜੇ ਤੂੰ ਜ਼ਿੰਮੇਵਾਰੀ ਲੈਣਾ ਤਾਂ ਅਸੀਂ ਬਖਸ਼ ਦਿੰਦੇ ਇਹਨੂੰ, ਪਰ ਨਹੀਂ ਉਹ ਤਾਂ ਕਰ ਗਿਆ ਨਾ ਸ਼ਰੀਕਾਂ ਵਾਲੀ। ਕੋਈ ਨਾ ਪੁੱਤ, ਐਂ ਤਾਂ ਨਹੀਂ ਕਰ ਸਕਦਾ ਤੇਰਾ ਚਾਚਾ। ਨਾਲੇ ਮਾਤਾ ਜੇ ਅੱਜ ਉਹਦੀ ਥਾਂ 'ਤੇ ਮੇਰਾ ਪਿਓ ਸਰਪੰਚ ਹੁੰਦਾ ਨਾ ਤਾਂ ਭਰੀ ਪੰਚਾਇਤ 'ਚ ਮੇਰੀ ਬੇਇੱਜ਼ਤੀ ਨਹੀਂ ਹੋਣੀ ਸੀ। ਕੀ ਬੋਲੀ ਜਾਂਦੀ ਮਾਰ ਤੂੰ? ਕੀ ਦੱਸਾਂ ਬਾਪੂ ਵੀ ਬੇਇੱਜ਼ਤੀ ਕਰਵਾ ਕੇ ਆਇਆ ਪੰਚਾਇਤ 'ਚ। ਕਿਹੜੀ ਗੱਲ ਗੱਲ ਤਾਂ ਦੱਸਦੇ, ਗੱਲ ਕੀ ਹੋਈ ਆ? ਚੋਰੀ ਦਾ ਇਲਜ਼ਾਮ ਲਾਇਆ ਮੇਰੇ 'ਤੇ। ਉਹ ਕਿਹਨੇ ਲਾਇਆ ਇਲਜ਼ਾਮ ਤੇਰੇ 'ਤੇ? ਤੁਹਾਡੇ ਭਰਾ ਨੇ ਲਾਇਆ। ਤੇਰਾ ਚਾਚਾ ਉਹ? ਕੋਈ ਚਾਚਾ ਚੁੱਚਾ ਨਹੀਂ ਲੱਗਦਾ ਉਸ ਤੋਂ ਮੇਰਾ ਉਹ। ਨਾਲੇ ਮੇਰੀ ਸੁਣ ਲਓ ਗੱਲ, ਜਿੰਨੇ ਦਿਨ ਮੈਂ ਇੱਥੇ ਹਾਂ ਨਾ ਘਰ ਦੇ ਵਿੱਚ ਅਤੇ ਜ਼ਮੀਨ ਦੇ ਵਿੱਚ ਮੈਨੂੰ ਮੇਰਾ ਹਿੱਸਾ ਚਾਹੀਦਾ। ਸੁਣ ਗਿਆ ਨਾ, ਮੇਰਾ ਚਾਚਾ ਮੇਰੀ ਅੱਖਾਂ ਦੇ ਸਾਹਮਣੇ ਨਹੀਂ ਆਉਣਾ ਚਾਹੀਦਾ, ਨਹੀਂ ਮੈਂ ਇਸ ਘਰੋਂ ਨਿਕਲ ਜੂੰਗਾ। ਪੁੱਤ ਕਿਹੋ ਜਿਹੇ ਪਾਗਲ ਜਿਹੇ ਲੱਗ ਰਹੀ ਜਾਣਾ ਤੂੰ? ਮੈਨੂੰ ਨਹੀਂ ਪਤਾ, ਮੈਂ ਜੋ ਕਹਿਣਾ ਸੀ ਕਹਿਤਾ, ਹੁਣ ਬਾਕੀ ਦੀ ਜ਼ਿੰਮੇਵਾਰੀ ਤੁਹਾਡੀ ਆ। ਗੱਲ ਤਾਂ ਠੀਕ ਹੈ ਤੁਹਾਡੀ, ਪਰ ਤੁਹਾਡੇ ਮੂਹਰੇ ਮੈਂ ਨਾ ਹੱਥ ਬੰਨਦੀ ਹਾਂ, ਗੁੱਸੇ 'ਚ ਆ ਕੇ ਹੁਣ ਘਰੇ ਝਗੜਾ ਨਾ ਕਰਨ ਲੱਗ ਗਈ ਹੋ। ਤੈਨੂੰ ਨਹੀਂ ਪਤਾ ਪ੍ਰੀਤ, ਮੇਰੇ ਚਾਚੇ ਨੇ ਮੇਰੇ ਨਾਲ ਕਿੰਨੀ ਮਾੜੀ ਕੀਤੀ ਆ। ਕੋਈ ਗੱਲ ਨਹੀਂ ਜੀ, ਤੁਸੀਂ ਉਹਦੀ ਫਿਕਰ ਕਿਉਂ ਕਰਦੇ ਹੋ, ਇੱਕ ਦਿਨ ਨਾ ਸੱਚ ਝੂਠ ਦਾ ਪਤਾ ਲੱਗ ਹੀ ਜਾਣਾ। ਹਾਂ ਯਾਰ, ਨਾਲੇ ਇਹੀ ਮੈਂ ਸੋਚਦਾ ਵੀ CCTV ਕੈਮਰੇ 'ਚ ਮੇਰੀ ਫੋਟੋ ਤਾਂ ਆ ਗਈ, ਪਰ ਜਿਨ੍ਹਾਂ ਨੇ ਵਾਰਦਾਤ ਕੀਤੀ ਆ ਉਹਨਾਂ ਦਾ ਕੁਛ ਨਹੀਂ ਪਤਾ ਲੱਗਿਆ। ਕੋਈ ਨਾ, ਉਹ ਵੀ ਸਾਹਮਣੇ ਆਜੂਗਾ, ਹੁਣ ਮੈਂ ਨਾ ਚੱਲਦੀ ਹਾਂ। ਤੁਹਾਨੂੰ ਪਤਾ ਹੀ ਹੈ ਲੋਕਾਂ ਦੀ ਨਜ਼ਰਾਂ ਬਹੁਤ ਤੇਜ਼ ਨੇ, ਆਲੇ ਦੁਆਲੇ ਘੁੰਮਦੇ ਰਹਿੰਦੇ ਨੇ। ਠੀਕ ਹੈ। ਕੋਈ ਨਾ, ਲੈ ਆ ਖੜੇ ਨੇ ਉਰੇ। ਸਤਿ ਸ਼੍ਰੀ ਅਕਾਲ ਜੀ, ਫੋਨ ਕਿਉਂ ਨਹੀਂ ਚੱਕਦੇ ਮੇਰਾ? ਯਾਰ ਪ੍ਰੀਤ, ਤੈਨੂੰ ਪਤਾ ਨਾ ਮੇਰਾ ਮੂਡ ਖਰਾਬ ਰਹਿੰਦਾ, ਮੈਂ ਤੈਨੂੰ ਇਹ ਕਹਿਣਾ ਵੀ ਜੇ ਆਪਾਂ ਦੋ ਚਾਰ ਦਿਨ ਨਾ ਮਿਲੀਏ ਨਾ ਤਾਂ ਸਹੀ ਹੈ ਯਾਰ। ਲੈ ਇਹ ਕੀ ਗੱਲ ਹੋਈ, ਮੈਨੂੰ ਤਾਂ ਤੁਹਾਡੀ ਸਮਝ ਨਹੀਂ ਆਉਂਦੀ ਹੈਗੀ, ਐਵੇਂ ਨਾ ਮਿਲਣ ਨਾਲ ਕਿ ਸਾਰਾ ਕੁਛ ਠੀਕ ਹੋ ਜੂਗਾ? ਯਾਰ ਤੈਨੂੰ ਸਾਡੇ ਘਰ ਦੇ ਮਸਲੇ ਦਾ ਨਹੀਂ ਪਤਾ ਨਾ, ਤਾਂ ਇਸ ਕਰਕੇ ਵਿੱਚ ਨਾ ਬੋਲ। ਮੈਂ ਉਸੇ ਮਸਲੇ ਬਾਰੇ ਤੁਹਾਡੇ ਨਾਲ ਗੱਲ ਕਰਨ ਆਈ ਹਾਂ। ਯਾਰ ਤੂੰ ਕਿਉਂ ਮਜ਼ਾਕ ਕਰਨ ਲੱਗੀ ਪਈ ਹੈ ਮੇਰੇ ਨਾਲ? ਤੈਨੂੰ ਕੀ ਪਤਾ ਵੀ ਕੀ ਹੋਇਆ ਕੀ ਨਹੀਂ ਹੋਇਆ? ਮੈਨੂੰ ਸਭ ਪਤਾ ਕੀ ਹੋਇਆ ਅਤੇ ਕੀ ਨਹੀਂ। ਕੀ ਪਤਾ ਯਾਰ ਤੈਨੂੰ? ਉਸੇ ਬਾਰੇ ਮੈਂ ਤੁਹਾਨੂੰ ਦੱਸਣ ਆਈ ਹਾਂ, ਜਦੋਂ ਮੈਂ ਤੁਹਾਨੂੰ ਮਿਲਣ ਆ ਰਹੀ ਸੀ। ਹਾਂਜੀ, ਕਿਵੇਂ ਹੋ ਤੂੰ ਰਵੀ? ਉਰੇ ਕੀ ਕਰਦਾ? ਹਾਂ ਮੈਂ, ਸ਼ੁਕਰ ਹੈ ਮੇਰਾ ਨਾਂ ਤਾਂ ਯਾਦ ਹੈ ਤੇਰੇ, ਨਹੀਂ ਸਾਡੇ 'ਚ ਧਿਆਨ ਕਿੱਥੇ ਹੈ ਤੇਰਾ? ਮੈਂ ਸੁਣਿਆ UV ਆਇਆ ਹੋਇਆ, ਉਹਦੇ ਨਾਲ ਬੜੀਆਂ ਮੋਹ ਮੁਹੱਬਤਾਂ ਜਿਤਾਈਆਂ ਜਾ ਰਹੀਆਂ ਨੇ। ਵਧੀਆ ਗੱਲ ਹੈ ਜੇ ਤੈਨੂੰ ਸਾਡੇ ਬਾਰੇ ਪਤਾ ਲੱਗ ਹੀ ਗਿਆ। ਵੈਸੇ ਵੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੈਂ ਉਹਨੂੰ ਪਿਆਰ ਕਰਦੀ ਹਾਂ। ਪਿਆਰ ਤਾਂ ਕਰਦੀ ਹੈ, ਵਿਆਹ ਕਰਨ ਬਾਰੇ ਸੋਚਿਆ ਉਹਦੇ ਨਾਲ? ਜੇ ਪਿਆਰ ਕਰਦੀ ਹੈ ਨਾ ਤਾਂ ਵਿਆਹ ਵੀ ਕਰਾਵਾਂਗੀ, ਉਹਦੀ ਤੂੰ ਟੈਨਸ਼ਨ ਨਾ ਲੈ। ਵਿਆਹ ਨਹੀਂ ਤੇਰਾ ਹੋਣਾ ਉਹਦੇ ਨਾਲ? ਕੀ ਮਤਲਬ ਹੈ ਤੇਰਾ? ਯਾਰ ਸਿੰਪਲ ਜੀ ਗੱਲ ਹੈ, ਤੂੰ ਇੱਕ ਸਾਦੇ ਜਿਹੇ ਘਰ ਦੀ ਕੁੜੀ ਹੈ, ਹੈ ਨਾ, ਉਹ ਵੀ ਪਿੰਡ 'ਚ ਰਿਸ਼ਤੇਦਾਰੀ 'ਚ ਆਈ ਹੋਈ ਹੈ, ਅਤੇ ਉਹ ਸਰਪੰਚ ਦਾ ਭਤੀਜਾ ਹੈ, ਮੈਨੂੰ ਲੱਗਦਾ ਉਹਦਾ ਚਾਚਾ ਮੰਨੂਗਾ। ਹਾਂ ਜੇ ਤੂੰ ਸਾਡੀ ਮਦਦ ਕਰਦੇ ਕਿਸੇ ਕੰਮ 'ਚ ਫਿਰ ਸ਼ਾਇਦ ਕੁਛ ਹੋ ਸਕਦਾ ਹੈ। ਕੀ ਬਕਵਾਸ ਕਰੀ ਜਾਂਦਾ,
ਸਿੱਧੀ ਸਿੱਧੀ ਗੱਲ ਦੱਸ ਦੇ, ਨਾਲੇ ਉਹਦਾ ਚਾਚਾ ਕਿਉਂ ਰੋਕ ਟੋਕ ਕਰੇਗਾ? ਯਾਰ ਮੇਰੀ ਸਿੱਧੀ ਜੀ ਗੱਲ ਸੁਣ ਲੈ, ਦੇਖ ਤੁਹਾਡੇ ਵਿਆਹ 'ਚ ਡਿੱਕਾ ਤਾਂ ਉਹਦਾ ਚਾਚਾ ਹੀ ਡਾਊਗਾ, ਬਾਕੀ ਸਮਝਣ ਦੀ ਗੱਲ ਹੈ, ਜੇ ਉਹਦਾ ਚਾਚਾ ਜੀ ਉਹਦੇ ਨਾਲ ਅੱਡ ਹੋ ਜਾਏ ਨਾ ਤਾਂ ਤੁਹਾਡੇ ਪਿਆਰ 'ਚ ਕੋਈ ਅੜਿੱਕਾ ਨਹੀਂ ਬਣ ਸਕਦਾ। ਕੁਛ ਅੱਗ ਤਾਂ ਅਸੀਂ ਲਾਈ ਹੋਈ ਹੈ, ਜੇ ਤੂੰ ਥੋੜ੍ਹੇ ਜਿਹਾ ਉਹਦੇ 'ਚ ਤੇਲ ਪਾ ਦੇ ਤਾਂ ਗੱਲ ਬਣ ਜੇ। ਸੋਚ ਲੈ, ਮਦਦ ਕਰੇਗੀ ਤਾਂ ਤੇਰਾ ਵੀ ਫਾਇਦਾ ਹੈ। ਮੈਂ ਕੀ ਮਦਦ ਕਰ ਸਕਦੀ ਹਾਂ ਇਹਦੇ 'ਚ ਤੇਰੀ? ਉਹ ਵੀ ਦੱਸ ਦਾਂਗੇ, ਤੂੰ ਜਵਾਬ ਸੋਚ ਕੇ ਰੱਖ, ਬਾਕੀ ਜਵਾਬ ਮੈਨੂੰ ਹਾਂ ਹੀ ਚਾਹੀਦਾ। ਉਹਨਾਂ ਦੀ ਸਾਲਿਆਂ ਦੀ ਇੰਨੀ ਹਿੰਮਤ, ਉਹਨਾਂ ਨੂੰ ਤਾਂ ਮੈਂ ਦੱਸਦਾ ਜਾ ਕੇ। ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਇਸ ਕਰਕੇ ਨਹੀਂ ਗੱਲ ਦੱਸੀ ਵੀ ਤੁਸੀਂ ਉਹਨਾਂ ਨਾਲ ਜਾ ਕੇ ਲੜੋ, ਮੈਂ ਤਾਂ ਇਹੀ ਚਾਹੁੰਦੀ ਹਾਂ ਵੀ ਤੁਸੀਂ ਆਪਦੇ ਚਾਚੇ ਨੂੰ ਸੋਰੀ ਬੋਲੋ ਤਾਂ ਕਿ ਤੁਹਾਡਾ ਪਿਆਰ ਬਣਿਆ ਰਹੇ। ਯਾਰ ਪ੍ਰੀਤ, ਤੂੰ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੀ ਆ? ਤੈਨੂੰ ਐਂ ਲੱਗਦਾ ਵੀ ਉਹਨਾਂ ਸਾਲਿਆਂ ਨੇ ਮੇਰੇ ਨਾਲ ਇੰਨਾ ਕੁਛ ਕੀਤਾ ਅਤੇ ਮੈਂ ਚੁੱਪ ਬੈਠੂੰਗਾ? ਨਹੀਂ, ਮੇਰੇ ਚਾਚੇ ਨੂੰ ਤਾਂ ਮੈਂ ਜਦੋਂ ਮਰਜ਼ੀ ਸੋਰੀ ਬੋਲ ਕੇ ਮਨਾ ਲਾ, ਪਰ ਉਹਨਾਂ ਨੂੰ ਨਹੀਂ ਮੈਂ ਛੱਡਦਾ। ਤੂੰ ਰੋਕਣਾ ਬਸ। ਯੂਵੀ ਯੂਵੀ, ਮੇਰੀ ਗੱਲ ਤਾਂ ਸੁਣ। ਮੈਂ ਮਰ ਜਾ, ਮੈਥੋਂ ਤਾਂ ਬਹੁਤ ਵੱਡੀ ਗਲਤੀ ਹੋ ਗਈ ਜੋ ਇਹਨਾਂ ਨੂੰ ਮੈਂ ਗੱਲ ਦੱਸਤੀ। ਮੈਨੂੰ ਤਾਂ ਐਵੇਂ ਸੀ ਵੀ ਆਹ ਗੱਲ ਦੱਸ ਕੇ ਸਾਰਾ ਕੁਛ ਠੀਕ ਹੋ ਜੂਗਾ, ਇਹ ਕਿਤੇ ਲੜੇ ਹੀ ਨਾ ਪੈਣ, ਮੈਂ ਹੀ ਇਹਨਾਂ ਦੇ ਘਰੇ ਜਾਂਦੀ ਹਾਂ। ਬਾਈ ਕੀ ਗੱਲ, ਅੱਜ ਖੇਤ ਨਹੀਂ ਜਾਣਾ? ਗੋਬਿੰਦ, ਖੇਤ ਜਾ ਕੇ ਕੀ ਕਰੂੰਗਾ ਮੈਂ? ਕਿਉਂ, ਕੀ ਗੱਲ ਬਾਈ, ਇਹੀ ਜੀ ਗੱਲ ਕਿਉਂ ਕਰਦਾ? ਉਹ ਛੋਟੇ ਵੀਰ, ਅੱਜ ਤੱਕ ਤੂੰ ਨਹੀਂ ਮੇਰੇ ਬੁਰੇ ਬੋਲਿਆ ਸੀ, ਅਤੇ ਉਹ ਕੱਲ੍ਹ ਦਾ ਜਿਵੇਂ ਮੈਂ ਪੜ੍ਹਾਇਆ ਲਿਖਾਇਆ ਇੰਨਾ ਖਰਚਾ ਕੀਤਾ, ਉਹ ਤੇਰੇ 'ਤੇ ਮੇਰੇ ਬੁਰੇ ਬੋਲਦਾ? ਆਖੇ ਵੰਡੀਆਂ ਪਾ ਲਓ। ਉਹ ਬਾਈ ਚੱਲ ਯਾਰ, ਤੂੰ ਕਿਉਂ ਇਹ ਗੱਲਾਂ ਨੂੰ ਦਿਲ 'ਤੇ ਲਾ ਗਿਆ? ਉਹ ਆਪਣਾ ਨਿਆਣਾ ਹੈਗਾ, ਫਿਰ ਕੀ ਹੋ ਗਿਆ ਜੇ ਉਹਨੂੰ ਕੁਛ ਬੋਲਤਾ? ਕਿਸੇ ਬਗਾਨੇ ਨੇ ਤਾਂ ਨਹੀਂ ਬੋਲਿਆ? ਉਹ ਛੋਟੇ ਗੱਲਾਂ ਨੂੰ ਛੱਡ ਯਾਰ। ਨਿਆਣਾ ਤਾਂ ਹੈਗਾ ਉਹ, ਮੈਂ ਮੰਨਦਾ ਹਾਂ, ਪਰ ਤੂੰ ਤੂੰ ਕਦੇ ਕਿਸੇ ਪਿਆਰ ਦੀ ਕਮੀ ਛੱਡੀ ਆ? ਉਹ ਕਹਿੰਦਾ ਚਾਚਾ ਮੇਰਾ ਬੇਰੀ ਹੋਇਆ ਭੱਜ। ਉਹ ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ? ਨਾਲੇ ਇੱਦਾਂ ਦੀਆਂ ਗੱਲਾਂ ਮੈਂ ਦਿਲ 'ਤੇ ਨਹੀਂ ਲਾਉਂਦਾ, ਫਿਰ ਕੀ ਹੋ ਗਿਆ ਜੇ ਉਹਨੇ ਬੋਲਤਾ? ਨਾਲੇ ਬਾਈ ਬਣ ਕੇ ਤੂੰ ਇੱਦਾਂ ਮੂਡ ਨਾ ਕਰ, ਕਿਉਂਕਿ ਮੈਨੂੰ ਖੁਦ ਨੂੰ ਚੰਗਾ ਨਹੀਂ ਲੱਗਦਾ ਫਿਰ ਇਹ ਗੱਲ, ਐਵੇਂ ਨਾ ਟੈਨਸ਼ਨ ਲੈ ਤੂੰ। ਕੋਈ ਨਾ, ਤੂੰ ਫਿਕਰ ਨਾ ਕਰ, ਤੂੰ ਕਰ ਆਪਣੀ ਸਰਪੰਚੀ ਜਿਵੇਂ ਜੀ ਕਰਦਾ ਤੇਰਾ। ਉਹ ਬਾਈ ਨਾ ਨਾ, ਇਹ ਤਾਂ ਜਿੰਨੀ ਕੁ ਮੈਨੂੰ ਹੁਣ ਪਿੰਡ ਵਾਲਿਆਂ ਨੇ ਜ਼ਿੰਮੇਵਾਰੀ ਦੇ ਰੱਖੀ ਹੈ ਉਹ ਤਾਂ ਮੈਂ ਨਿਭਾਊਂਗਾ, ਗਾਹਾਂ ਤੋਂ ਮੈਂ ਸਰਪੰਚੀ ਵਾਲਾ ਪੰਗਾ ਨਹੀਂ ਲੈਂਦਾ। ਨਹੀਂ ਨਹੀਂ ਗੋਬਿੰਦ, ਤੂੰ ਐਂ ਨਾ ਕਹਿ, ਸਰਪੰਚੀ ਤਾਂ ਤੇਰੇ ਲਈ ਵੀ ਰਹੂਗੀ। ਮੇਰੇ ਭਰਾ ਲਈ ਰਹੂਗੀ ਸਰਪੰਚੀ। ਸਰਪੰਚ ਸਾਹਿਬ, ਕੀ ਗੱਲ ਭਾਈ, ਕੀ ਹੋ ਗਿਆ ਕੁੜੀਏ? ਉਹ ਲੜ ਪੈਣਗੇ। ਕੌਣ ਲੜ ਪੈਣਗੇ? ਇੰਨਾ ਦਮ ਕਿਉਂ ਕਢਾਇਆ ਤੈਂ? ਕੀ ਹੋ ਗਿਆ? ਯੂ ਵੀ ਲੜ ਪੂਗਾ, ਹੁਣ ਉਹਨੂੰ ਹਟਾ ਲਓ। ਕਿਉਂ, ਯੂ ਵੀ ਕਿਉਂ ਲੜ ਪੂ? ਯੂ ਵੀ ਦਾ ਕਿਸੇ ਨਾਲ ਕੋਈ ਵੈਰ ਨਹੀਂ ਕੁੜੀਏ। ਯੂ ਵੀ ਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ, ਪਰ ਤੁਹਾਡੇ ਵੈਰੀ ਬਹੁਤ ਨੇ। ਤੁਹਾਡੇ ਸਰਪੰਚੀ ਖੋਣ ਦੇ ਚੱਕਰ ਵਿੱਚ ਨਾ ਇਹ ਸਾਰਾ ਕੁਛ ਰਵੀ ਹੋਣਾ ਕਰਵਾ ਰਹੇ ਨੇ। ਰਵੀ ਹੋਰੀ, ਹੁਣ ਯੂ ਵੀ ਕਿੱਥੇ ਹੈ? ਯੂ ਵੀ ਨੇ ਤੈਨੂੰ ਕੀ ਕਿਹਾ? ਅਸਲ 'ਚ ਮੈਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਸੀ ਵੀ ਰਵੀ ਤੁਹਾਡੇ ਘਰ ਨੂੰ ਪਾੜਨ ਦੀ ਚਾਲ ਖੇਡੀ ਜਾਂਦਾ, ਅਤੇ ਜਦੋਂ ਮੈਂ ਯੂ ਵੀ ਨੂੰ ਗੱਲ ਦੱਸੀ ਮੈਨੂੰ ਤਾਂ ਐਵੇਂ ਸੀ ਵੀ ਉਹ ਤੁਹਾਡੇ ਕੋਲ ਆ ਕੇ ਗੱਲ ਕਰੂਗਾ, ਪਰ ਉਹ ਤਾਂ ਉਹਨਾਂ ਨਾਲ ਲੜਨ ਚਲਾ ਗਿਆ। ਮੈਨੂੰ ਤਾਂ ਡਰ ਲੱਗੀ ਜਾਂਦਾ ਸਰਪੰਚ ਸਾਹਿਬ ਵੀ ਯੂ ਵੀ ਦੇ ਕੋਈ ਸੱਟ ਫੇਟ ਨਾ ਲੱਗ ਜਾਏ। ਯੂ ਵੀ ਦੇ ਸੱਟ ਫੇਟ? ਯੂ ਵੀ ਦੀ ਤਾਂ ਹਵਾ ਕਣੀ ਵੀ ਨਹੀਂ ਦੇਖ ਸਕਦੇ, ਦੇਖਦਾ ਸਾਲਿਆਂ ਨੂੰ ਮੈਂ। ਉਹ ਬਾਈ ਇੱਕ ਗੱਲ ਕਹਾਂ, ਉਦਣ ਪੰਚਾਇਤ ਦੇ ਵਿੱਚ ਨਾ
ਬਹੁਤ ਹੀ ਜ਼ਿਆਦਾ ਬੇਇੱਜ਼ਤੀ ਹੋਈ ਯਾਰ ਸਰਪੰਚ ਜੀ ਦੀ ਅਤੇ ਸਰਪੰਚ ਦੇ ਭਤੀਜੇ ਦੀ। ਉਹ ਮੂੰਹ ਦੇਖਣ ਵਾਲਾ ਸੀ, ਵੇਖਿਆ ਕਿੱਦਾਂ ਮੂੰਹ ਬਣਾ ਕੇ ਖੜੇ ਸੀ। ਇੱਦਾਂ ਹੀ ਹੁੰਦਾ ਮੈਂ ਸੀ, ਜ਼ਰੂਰੀ ਨਹੀਂ ਇਹ ਸਾਲੇ ਫੈਸਲੇ ਡਾਂਗਾ ਸੋਟੀਆਂ ਨਾਲ ਹੀ ਕਰੇ ਜਾਣ। ਇਹ ਬੰਦੇ ਦਾ ਦਿਮਾਗ ਹੋਵੇ ਨਾ ਤਾਂ ਕੀ ਤੋਂ ਕੀ ਕਰ ਸਕਦਾ। ਹੁਣ ਦੇਖ ਲੈ ਤੂੰ, ਪਿੰਡ 'ਚ ਮੂੰਹ ਦਿਖਾਉਣ ਜੋਗੇ ਨਹੀਂ ਛੱਡੇ। ਬਾਈ ਮੰਨ ਗਿਆ ਦਿਨ ਮੈਂ ਵੈਸੇ, ਸਰਪੰਚ ਦੇ ਭਤੀਜੇ ਨੇ ਚੋਰੀ ਕਰ ਲਈ। ਪਤੰਦਰੋ ਬੜਾ ਮੋਟਾ ਪੁੱਛ ਪੜਤਾਲ ਵੀ ਕਰ ਲੈਂਦੇ ਵੀ ਕੰਮ ਕੀਤਾ ਕਿਹਦਾ ਹੋਇਆ। ਤੂੰ ਦੇਖ ਲੈ ਸਰਪੰਚ ਨੰਬਰ ਕੁੱਟਣ ਦੇ ਚੱਕਰ 'ਚ ਆਪਦੇ ਭਤੀਜੇ ਦੇ ਥੱਪੜ ਮਾਰ ਬੈਠਿਆ, ਲੈ ਗਏ ਨਾ ਪਾੜੇ। ਉਹ ਤੂੰ ਕਿਤੇ ਐਵੇਂ ਸਮਝਦਾ ਗੋਬਿੰਦਰੂ, ਬੜਾ ਸਕੀਮੀ ਆ, ਵੋਟਾਂ ਲੈਣ ਨੂੰ ਫਿਰਦਾ ਅੱਗੇ। ਵੋਟਾਂ ਕੀ ਮਿਲ ਗਈਆਂ ਹੁਣ ਚੋਰ ਦੇ ਚਾਚੇ ਨੂੰ ਵੋਟਾਂ ਪੈਣਗੀਆਂ। ਅੱਛਾ ਤਾਂ ਸਾਲਿਓ ਇਹ ਤੁਹਾਡੀ ਕਰਤੂਤ ਆ। ਸਾਲਿਓ ਤੁਹਾਨੂੰ ਮੈਂ ਦੱਸਦਾ ਵੀ ਕਿਵੇਂ ਕਿਸੇ ਦੇ ਘਰ 'ਚ ਫਰਕ ਪਵਾਈਦਾ। ਸਾਲਿਆ ਇਕੱਲੇ ਹੀ ਆ ਗਿਆ ਤੁਸੀਂ ਪਲਾਨ ਕੀਤਾ ਹੋਇਆ ਕੰਮ ਆ, ਇਹ ਸਰਪੰਚੀ ਲੈਣਾ ਚਾਹੁੰਦੇ ਆ ਤੇ ਜਿਹੜੀ ਪਿੰਡ ਵਿੱਚ ਚੋਰੀ ਹੋਈ ਨਾ ਇਹ ਵੀ ਇਹਨਾਂ ਨੇ ਕਰਾਈ ਆ ਤੇ ਨਾ ਤੁਹਾਡੇ ਮੁੰਡੇ ਦਾ ਲਾਤਾ, ਮੈਨੂੰ ਗਰੀਬ ਨੂੰ ਮਾਫ਼ ਕਰ ਦੋ। ਕੋਈ ਗੱਲ ਨੀ ਇਹ ਤਾਂ ਅਸੀਂ ਪਤਾ ਕਰ ਲਾਂਗੇ। ਚਾਚਾ ਪਜਾ ਕਾ ਤੋਂ ਦਿੱਤਾ ਉਹਨੂੰ? ਉਹ ਕੋਈ ਗੱਲ ਨੀ ਪੁੱਤ, ਇਹਨਾਂ ਨੂੰ ਤਾਂ ਆਪਾਂ ਫਿਰ ਦੇਖ ਲਾਂਗੇ। ਯੋ ਵੀ ਜੇ ਤੂੰ ਚੋਰੀ ਨਹੀਂ ਕੀਤੀ ਸੀ ਫਿਰ ਮਾਫ਼ੀ ਕਿਉਂ ਮੰਗੀ ਤੂੰ? ਬਾਪੂ ਕਿਸੇ ਦੀ ਇੱਜ਼ਤ ਦਾ ਸਵਾਲ ਸੀ ਤਾਂ ਮੈਨੂੰ ਮਾਫ਼ੀ ਮੰਗਣੀ ਪਈ। ਕਿਹਦੀ ਇੱਜ਼ਤ ਦਾ ਸਵਾਲ ਸੀ ਪੁੱਤ, ਮੈਨੂੰ ਦੱਸ ਪੂਰੀ ਗੱਲ। ਦੱਸਦਾ ਚਾਚਾ, ਆਪਣੇ ਪਿੰਡ 'ਚ ਇੱਕ ਕੁੜੀ ਆ, ਅਸੀਂ ਦੋਨੇ ਇੱਕ ਦੂਸਰੇ ਨੂੰ ਪਸੰਦ ਕਰਦੇ ਹਾਂ। ਬਸ ਉਹਨੂੰ ਮੈਂ ਮਿਲਣ ਵਾਸਤੇ ਬੁਲਾਇਆ ਸੀ ਅਤੇ ਉਸੇ ਰਾਤੀ ਮੈਂ ਕੈਮਰੇ ਦੇ ਵਿੱਚ ਆ ਗਿਆ ਸੀ, ਪਰ ਮੈਂ ਚੋਰੀ ਨਹੀਂ ਕੀਤੀ। ਉਹ ਤਾਂ ਆਪਣੇ ਪਿੰਡ ਦੀ ਕੁੜੀ? ਪਿੰਡ ਦੀ ਕੁੜੀ ਕਾਹਨੂੰ ਆ ਬਾਪੂ, ਉਹ ਤਾਂ ਇੱਥੇ ਆਪਣੀ ਮਾਸੀ ਕੋਲ ਆਈ ਹੋਈ ਆ। ਜੇ ਮੈਂ ਉਸ ਦਿਨ ਉਹਦਾ ਨਾਮ ਲੈ ਦਿੰਦਾ ਤਾਂ ਉਹਦੀ ਬਦਨਾਮੀ ਹੋ ਜਾਣੀ ਸੀ। ਚੱਲ ਪੁੱਤ ਇਹ ਤਾਂ ਬਹੁਤ ਵਧੀਆ ਕਰਿਆ, ਆਪਣੇ ਪਿੰਡ 'ਚ ਆਪਣੀ ਇੱਜ਼ਤ ਰੱਖੀ ਤਾਂ। ਪਰ ਇੱਕ ਗੱਲ ਹੈ ਪੁੱਤ, ਇਹ ਲੋਕਾਂ ਦੀਆਂ ਧੀਆਂ ਨੂੰ ਰੋਜ਼ ਰੋਜ਼ ਰਾਤ ਨੂੰ ਮਿਲਣਾ ਚੰਗਾ ਨਹੀਂ ਹੁੰਦਾ। ਜੇ ਤੂੰ ਉਹਨੂੰ ਇੰਨੇ ਪਿਆਰ ਕਰਦਾ ਨਾ ਤਾਂ ਮੇਰੇ ਨਾਲ ਚੱਲ, ਆਪਾਂ ਉਹਨਾਂ ਦੇ ਘਰ ਜਾ ਕੇ ਗੱਲ ਕਰਦੇ ਹਾਂ। ਤੂੰ ਉਹਦੇ ਨਾਲ ਵਿਆਹ ਕਰਾਉਣ ਨੂੰ ਰਾਜ਼ੀ ਵੀ ਹੈ? ਹਾਂ ਚਾਚਾ ਮੈਂ ਕਰਵਾਉਣਾ ਉਹਦੇ ਨਾਲ ਪਿਆ। ਤਾਂ ਠੀਕ ਹੈ, ਚੱਲ ਵੱਡੇ ਭਾਈ ਫਿਰ ਆਪਾਂ ਹੁਣੇ ਗੱਲ ਕਰਦੇ ਹਾਂ ਜਾ ਕੇ। ਚੱਲ ਫਿਰ ਆਇਓ ਵੀ। ਕਿਵੇਂ ਪੁੱਤ ਤੂੰ ਚੱਪਕ ਜੀ ਕਰੀ ਬੈਠੀ ਹੈ, ਕੁਛ ਦੁੱਖ ਤਾਂ ਤੇਰਾ? ਕੁਛ ਨਹੀਂ, ਕੋਈ ਗੱਲ ਨਹੀਂ। ਪ੍ਰੀਤ ਯੂਵੀ ਤੂੰ ਯੂਵੀ ਉਰੇ ਕਿਵੇਂ? ਠੀਕ ਹੈ ਤੂੰ? ਹਾਂ ਮੈਂ ਤਾਂ ਠੀਕ ਹਾਂ, ਤੁਸੀਂ ਠੀਕ ਹੋ ਨਾ? ਹਾਂ ਮੈਂ ਠੀਕ ਹਾਂ, ਮੈਨੂੰ ਕੀ ਹੋਣਾ ਯਾਰ। ਤੁਸੀਂ ਇਕੱਲੇ ਹੀ ਆਏ ਹੋ? ਨਹੀਂ ਪ੍ਰੀਤ ਮੈਂ ਇਕੱਲਾ ਨਹੀਂ ਆਇਆ, ਚਾਚਾ ਜੀ ਅਤੇ ਡੈਡੀ ਜੀ ਵੀ ਨਾਲ ਆਏ ਨੇ। ਡੈਡੀ ਜੀ ਸਤਿ ਸ਼੍ਰੀ ਅਕਾਲ ਜੀ। ਸਰਪੰਚ ਸਾਹਿਬ ਕੀ ਗੱਲ ਹੋ ਗਈ? ਮੈਂ ਤਾਂ ਕੋਈ ਟੈਨਸ਼ਨ ਲੈਣ ਵਾਲੀ ਗੱਲ ਨਹੀਂ ਹੈਗੀ, ਤੁਹਾਡੀ ਕੁੜੀ ਅਤੇ ਸਾਡਾ ਮੁੰਡਾ ਇੱਕ ਦੂਜੇ ਨੂੰ ਪਿਆਰ ਕਰਦੇ ਨੇ, ਅਸੀਂ ਇਹਦੇ ਰਿਸ਼ਤੇ ਬਾਰੇ ਤੁਹਾਡੇ ਕੋਲ ਆਏਗੇ। ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਤੁਹਾਡੀ ਕੁੜੀ ਦਾ ਹੱਥ ਅਸੀਂ ਆਪਦੇ ਮੁੰਡੇ ਵਾਸਤੇ ਮੰਗਣਾ ਆਏਗੇ। ਹੋਰ ਅਸੀਂ ਕੀ ਭਾਲਦੇ ਹਾਂ, ਸਾਨੂੰ ਕੋਈ ਇਤਰਾਜ਼ ਨਹੀਂ, ਚੰਗਾ ਦੂਣਾ ਮੇਰੇ ਸਿਰ ਤੋਂ ਬੋਝ ਉਤਰੂਗਾ। ਧੰਨਵਾਦ ਮਾਤਾ ਜੀ, ਹੁਣ ਫਿਰ ਆਪਾਂ ਚੰਗਾ ਜਿਹਾ ਦਿਨ ਦੇਖ ਕੇ ਨਾ ਵਧੀਆ ਇਹਨਾਂ ਦਾ ਵਿਆਹ ਕਰਾਂਗੇ। ਬਾਕੀ ਤੁਹਾਡਾ ਖਰਚਾ ਨਹੀਂ ਹੋਣ ਦਿੰਦੇ, ਚੁੰਨੀ ਚੜਾਵੇ ਕਰਾਂਗੇ ਅਸੀਂ ਆਪਦੇ ਘਰੇ, ਪਾਰਟੀ ਪੂਰਟੀ ਵਧੀਆ ਕਰ ਲਾਂਗੇ। ਠੀਕ ਹੈ ਜੀ, ਧੰਨਵਾਦ ਮਾਤਾ। ਸਤਿ ਸ਼੍ਰੀ ਅਕਾਲ ਜੀ। ਠੀਕ ਹੈ ਪ੍ਰੀਤ, ਹੁਣ ਨਾ ਤੈਨੂੰ ਬਹੁਤ ਜਲਦੀ ਵਿਆਹ ਕੇ ਲੈ ਜੂੰਗਾ, ਬਸ ਤੂੰ ਵਿਆਹ ਦੀਆਂ ਤਿਆਰੀਆਂ ਕਰ। ਠੀਕ ਹੈ ਜੀ, ਚੱਲਦਾ ਮੈਂ ਵੀ।